ਸਾਚਕੇ ਸਰਵਨ ਕੀ ਹਲਚਾ ਸਵਾਗਤ ਅਟ ਗੱਲਾਂ ਬਾਤਾਂ ਦੇ ਰਮਾਂਚਕ ਦੀਪਾ ਦੇ ਭਾਜੀ ਸੀਰੀਜ਼ ਨਹੀਂ ਗਈ ਇਹ ਕੱਲ ਵੀਡੀਓ ਪਾਈ ਇਹਨੇ ਕੱਲ ਕੇ ਪਰਸੋਂ ਮੈਨੂੰ ਸਮਝ ਨਹੀਂ ਆਉਂਦੀ ਜਨਤਾ ਐਡਾ ਸਿਰਕਾ ਤੋਂ ਲਾ ਦਿੰਦੀ ਹੈ ਯਾਰ ਸਾਰਾ ਕੁਝ ਥੰਬਨਲ ਚ ਹੋਇਆ ਪਿਆ ਟਾਈਟਲਾਂ ਚ ਕੁਝ ਰਹਿ ਹੀ ਨਹੀਂ ਕਿ ਅੱਜ ਕੱਲ ਟਾਈਟਲ ਥੰਬਨਲ ਚ ਆ ਵਿੱਚੋਂ ਕੁਝ ਨਹੀਂ ਨਿਕਲੇ ਕੋਈ ਚੱਕਰ ਨਹੀਂ ਕੱਲ ਵਲੌਗ ਪਾਇਆ ਭਾਜੀ ਨੇ ਕਿਸੇ ਦੇ ਸਿਰ ਤੋਂ ਚੱਲਣ ਵਾਲੀਆਂ ਖੱਤਾਂ ਨੂੰ ਰਿਪਲਾਈ ਮੈਨੂੰ ਨਹੀਂ ਪਤਾ ਕਿ ਇਹਨੂੰ ਕੀਤਾ ਪਰ ਆਓ ਵੇਖਦੇ ਹਾਂ ਕਿਉਂਕਿ ਮੈਂ ਬੜਾ ਸੀਰੀਅਸ ਬੰਦਾ ਮੈਂ ਸੀਰੀਅਸ ਲੈਣਾ ਕਿਸੇ ਨੂੰ ਗੱਲ ਆਖੋ ਮੈਂ ਆਪਦੇ ਦਿਲ ਆ ਲੈਣਾ ਆ ਗੱਲਾਂ ਬੱਤਾਂ ਦਾ ਰੋਮਾਂਟਿਕ ਪ੍ਰੋਗਰਾਮ ਸ਼ੁਰੂ ਕਰੀਏ ਬੜੇ ਆਖਦੇ ਸੇ ਰੋਮਾਂਟਿਕ ਕਰੋ ਚਲੋ ਆਓ ਫਿਰ ਰੋਮਾਂਟਿਕ ਸੀਰੀ ਸ਼ੁਰੂ ਕਰੀਏ ਕਿਸ ਸਿਰ ਦੇ ਸਿਰ ਤੇ ਚੱਲਣ ਤੁਸੀਂ ਕਿਹਦੇ ਸਿਰ ਤੇ ਚੱਲਦੇ ਤੁਸੀਂ ਵੀ ਜਨਨੀਆਂ ਸਿਰ ਤੇ ਚੱਲਦੇ ਹੋ ਬਣਾਓ ਬਿਨਾ ਘਰ ਵਾਲੀਆਂ ਤੋਂ ਵਲੌਗ ਪਾ ਕੇ ਵੇਖੋ ਥੰਬਨਲ ਵੇਖਿਆ ਕਰੋ ਆਪਦੇ ਤਾਂ ਤੁਸੀਂ ਨਹੀਂ ਹੁੰਦੇ ਥੰਬਨਲ 'ਚ ਤੁਹਾਡੀਆਂ ਘਰ ਵਾਲੀਆਂ ਹੁੰਦੀਆਂ ਥੰਬਨਲ 'ਚ ਦੀਪਕ ਆ ਆਪਦੇ ਭਾਜ ਨੂੰ ਜਾ ਕੇ ਕਰਨ ਨੇ ਲਏ ਸੂਟ ਕਰਨ ਨੇ ਆ ਬਣਾਤਾ ਸੌਰੀ ਸੰਦੀਪ ਨੇ ਇੱਕ ਤਾਂ ਇੰਨਾ ਚਿਰ ਰੋਲ ਜਾਨਾ ਦੋਨੀਆਂ ਚੀਜ਼ ਮੈਂ ਨਾ ਹੀ ਨਹੀਂ ਪਤਾ ਲੱਗਦੇ ਮੈਨੂੰ ਅੱਗੇ ਵੀ ਕਿਸੇ ਨੇ ਆਖਿਆ ਸੀ ਬਾਈ ਉਹ ਸੰਦੀਪ ਆਉ ਕਰਣ ਨੀਗੀ ਇਹਨਾਂ ਦੇ ਵੀ ਇਹੀ ਹੁੰਦੇ ਸਾਡੇ ਹੋਰ ਕਿਹੜੇ ਹੁੰਦੇ ਆ ਮੈਂ ਤੇ ਕਿਰਨ ਨੇ ਕਰਤੀ ਇੱਟਾਂ ਦੀ ਚਣਾਈ ਮੈਂ ਤੇ ਕਿਰਨ ਨੇ ਜੋੜ ਤੇ ਬਾਲਲੇ ਚਲੋ ਕਿਹੜੀ ਖੱਤਾਂ ਨੂੰ ਰਿਪਲਾਈ ਕਰਦਾ ਆ ਉਹ ਫਿਰ ਵੇਖੇ ਕੀ ਜਵਾਬ ਦਿੰਦੇ ਆ ਭਾਜੀ ਬਾਤ ਪਾਲਾ ਬਾਤ ਪਾਲਾ ਮੇਰਾ ਪਾਂਜਾ ਚਾਲ ਹੂੰ ਖੱਟਾਂ ਨੂੰ ਰਿਪਲਾਈ ਤੇਰਾ ਪਾਲਾ ਹੋ ਜੇ ਉਹ ਤਾਂ ਆਖਦੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੂੰ ਓ ਚਲੋ ਸਤਿ ਸ੍ਰੀ ਅਕਾਲ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਕਿਦਾਂ ਠੀਕ ਹੈ ਜੀ ਠੀਕ ਹੈ ਵਧੀਆ ਆਪ ਫੇ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਜਿਵੇਂ ਦੂਰ ਦਸ਼ਰ ਨਾਲੇ ਖਬਰਾਂ ਨਹੀਂ ਪੜਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰਾ ਪਾਗ ਵੀ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਬੀਤੇ ਸਮੇਂ ਵਿੱਚ ਚੱਲ ਰਹੀ ਗੱਡੀ ਦੇ ਵਿੱਚ ਐਕਸੀਡੈਂਟ ਹੋਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਹਦੇ ਕਰਕੇ ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਦੀ ਪਛਾਣ ਨਹੀਂ ਹੋਈ ਹੈ ਉਹਦੇ ਘਰ ਦੀ ਪਾਲ ਜਾ ਰਹੀ ਹੈ ਉਹਦੇ ਕਰਦੇ ਉਹਨੂੰ ਲੱਭਣ ਚ ਜਾ ਰਹੀ ਹੈ ਬੱਚੇ ਨੂੰ ਮਾਪਿਆਂ ਨੂੰ ਮਿਲ ਰਹੇ ਮਾਪਿਆਂ ਨੂੰ ਬੱਚਾ ਨਹੀਂ ਮਿਲ ਰਿਹਾ ਇਹ ਨਹੀਂ ਸਮਝਉਂਦੀ ਇਹਨਾਂ ਦਾ ਕਿ ਉਹਨਾਂ ਦੇ ਆ ਚਲੋ ਕਰਦੇ ਆ ਵਲੌਗ ਦੀ ਸਪੈਸ਼ਲ ਮਾਈਕ ਲਾਇਆ ਸਾਡੇ ਸਾਡੇ ਕੋਲੇ ਹਟਣੇ ਜੇ ਇਹਨਾਂ ਕੋਲੇ ਵੀ ਮਹਿੰਗੇ ਆ ਚਲ ਅੱਜ ਗੱਲ ਕਰਾਂਗੇ ਕੁਝ ਕੁਝ ਇਹੋ ਜਿਹੇ ਬੰਦੇ ਨੇ ਜਿਵੇਂ ਮੰਨ ਲਓ ਹਮ ਅੱਗੇ ਮੈਂ ਤਾਂ ਗੱਲ ਕਰਦਾ ਹੁੰਨਾ ਕਿ ਜਦੋਂ ਉਹਨਾਂ ਦਾ ਕੰਮ ਆ ਗਲਤੀਆਂ ਫੜਨਾ ਹੈਨਾ ਹਾਂ ਤੇ ਗਲਤੀਆਂ ਤੇ ਚਲੋ ਹਰ ਕਿਸੇ ਹੁੰਦੀਆਂ ਹਰ ਕਿਸੇ ਬੰਦੇ ਦੀ ਸਹੀ ਗੱਲ ਹੈ ਹਮ ਕੋਈ ਵੀ ਆਂਦੇ ਹੁੰਦੇ ਨਾ ਇਹ ਹੋ ਜਾਣੀ ਆਗਾ ਜਿੱਦ ਕੋ ਗਲਤੀ ਨਾ ਹੁੰਦੀ ਹੋਵੇ ਹਨਾ ਸਹੀ ਗੱਲ ਹੈ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਮੈਂ ਬਸ ਜੇ ਜ਼ਿਆਦਾ ਨਹੀਂ ਬੋਲਣਾ ਤਾਂ ਹੁਦਾ ਹੀ ਨਾ ਥੋੜਾ ਵੀ ਨਾ ਬੋਲ ਬੋਲ ਨੂੰ ਕਿਆ ਕਹਨੇ ਆ ਇੱਕ ਮਿੰਟ ਲਗਾਤਾਰ ਨਹੀਂ ਬੋਲ ਸਕਦਾ ਕੋਈ ਵਲੌਗਰ ਇੱਕ ਮਿੰਟ ਲਗਾਤਾਰ ਕੋਈ ਕਿਸੇ ਮੁੱਦੇ ਤੇ ਗੱਲ ਨਹੀਂ ਕਰ ਸਕਦਾ ਚਾਹੇ ਕਮੇਡੀ ਲਾ ਲੋ ਚਾਹੇ ਸੀਰੀਅਸ ਟੌਪਿਕ ਲਾ ਲੋ ਕਪਲ ਵਲੌਗਰ ਸਪੈਸ਼ਲ ਹਾਂਜੀ ਗਾਇਸ ਆ ਗਈ ਸੀ ਤਿਆਰ ਹੋਣ ਲੱਗੀ ਸੀ ਮੇਕਅਪ ਕਰਦੀ ਆ ਨਾ ਚੱਲੀ ਐ ਨਾ ਆਈ ਤੋਲੀਆਂ ਸੁੱਕਣੇ ਪਾਇਆਈ ਸੂਟ ਪਾ ਲਿਆ ਪਰਾਂਦਾ ਲਾ ਲਿਆ ਇੱਧਰ ਨੂੰ ਚੱਲੀ ਐ ਉੱਧਰ ਨੂੰ ਚੱਲੀ ਐ ਥੋਡੀ ਵਲੌਗ ਦੀ ਸਟਾਰਟਿੰਗ ਪਤਾ ਕਿਵੇਂ ਹੁੰਦੀ ਐ ਕਪਲ ਵਲੌਗਰਾਂ ਦੀ ਗੱਲ ਕਰਦਾ ਮੈਂ ਤੜਕੇ ਗੁੱਡ ਮਾਰਨਿੰਗ ਤੋਂ ਬਾਅਦ ਸ਼ਾਮ ਨੂੰ ਸਬਸਕ੍ਰਾਈਬ ਬਟਨ ਹੀ ਮੰਗਦੇ ਆ ਬਾਕੀ ਸਾਰੇ ਵਲੌਗ ਚ ਤਾਂ ਠੀਕ ਲੱਗਦਾ ਸੂਟ ਆ ਬੂਟੀ ਨਵੀਂ ਬੁਆਈ ਐ ਆ ਦਿੱਤੇ ਸੂਟ ਸੂਟਾਂ ਦੀ ਫੋਟੋ ਵੀ ਐ ਲੱਗੀ ਹੁੰਦੀਆਂ ਜਿਵੇਂ ਪ੍ਰਾਈਜ਼ ਨਹੀਂ ਮਿਲਦੇ ਭਿੰਦੇ ਸਕੂਲ ਚ ਕੁੰਡੇ ਵਾਲਾ ਕੱਪ ਜਿੱਤੇ ਹੁੰਦਾ ਐ ਸੂਟਾਂ ਦੀ ਫੋਟੋ ਦਿਨ ਦੇ ਫੋਟੋ ਲਾ ਦੇਣਗੇ ਦੀਪਾ ਲੰਡੋਂ ਦਾ ਹੋਰ ਕੋਈ ਲਾ ਦੇਣਗੇ ਕਦੇ ਕਦੇ ਥੰਮਲ ਵੇਖਿਆ ਸਬਣਾਉਂਦੇ ਘਰ ਕੇ ਖੁੰਦੀਆਂ ਗਲਤੀਆਂ ਦਾ ਪੁੱਤ ਲਾਈਆ ਬੰਦਾ ਸਹੀ ਗੱਲ ਹੈ ਤੇ ਕੋਈ ਬੰਦੇ ਸਮਝਦੇ ਆ ਕਿ ਬਸ ਅਹੀਂ ਸਹੀ ਆ ਹਾਂ ਕੌਣ ਹੈ ਅਹੀਂ ਗਲਤੀਆਂ ਕਰ ਨਹੀਂ ਸਕਦੇ ਹੂੰ ਸਈਆਂ ਦਾ ਇਹ ਹਸਾਕਤਾ ਵਾਗੇ ਗਲਤੀਆਂ ਫਿਰ ਲੋਕਾਂ ਦੀਆਂ ਗਲਤੀਆਂ ਪੜਨੀਆਂ ਆਪਣੀਆਂ ਗਲਤੀਆਂ ਜਦੋਂ ਬੰਦਾ ਕਰਨ ਲੱਗਦਾ ਉਦੋਂ ਪਤਾ ਨਹੀਂ ਲੱਗਦਾ ਕਿਸ ਨੂੰ ਸਹੀ ਗੱਲ ਹੈ ਨੇ ਗਲਤੀਆਂ ਤਾਂ ਹਰੇਕ ਕਰਦਾ ਮਨ ਹੁਣ ਮੈਂ ਕਿਹੜਾ ਰੱਬ ਆ ਇੱਥੇ ਹਨਾ ਮੈਂ ਆਪਦੇ ਤੇ ਗੱਲ ਲੈ ਲੈਣੇ ਚੱਲ ਮੈਨੂੰ ਨਹੀਂ ਕਿਹਾ ਪਤਾ ਚੱਲ ਤੂੰ ਕਿਸੇ ਹੋਰ ਨੂੰ ਕਿਹਾ ਗੱਲ ਕਰਦਾ ਹੁਣ ਮੈਂ ਵੀ ਗਲਤੀਆਂ ਕਰਦਾ ਤੁਸੀਂ ਵੀ ਕਰਦੇ ਤੁਹਾਡੀਆਂ ਫੜੀਆਂ ਜਾਂਦੀਆਂ ਸਾਡੀਆਂ ਫੜੀਆਂ ਨਹੀਂ ਜਾਂਦੀਆਂ ਬਸ ਆ ਫਰਕ ਹਨਾ ਉਹੀ ਗੱਲ ਕਰਦਾ ਪਰ ਜਿਹੜੀ ਚੀਜ਼ ਦਾ ਪਤਾ ਆਪਾਂ ਨੂੰ ਵੀ ਉਹ ਚੀਜ਼ ਆਪਾਂ ਨੂੰ ਗਾਂਹ ਜਾ ਕੇ ਖਰਾਬ ਕਰੂਗੀ ਆਪਾਂ ਉਹ ਚੀਜ਼ਾਂ ਤੋਂ ਹਟਦੇ ਕਾਤੋਂ ਨਹੀਂ ਜ਼ਿੰਦਗੀ ਚ ਕੁਝ ਪ੍ਰਾਈਵੇਟ ਹੈ ਕੁਝ ਵੀ ਨਹੀਂ ਬਾਕੀ ਇਹ ਵਾਕੇ ਮੈਂ ਤੇ ਮੈਨੂੰ ਇੱਕ ਹੱਸਾ ਹੁੰਦਾ ਦੀਪਮਠਾੜੂ ਨੇ ਵਲੌਗ ਪਾਇਆ ਕਿਰਨ ਦੀਦੀ ਹਰੇ ਕਿਉਂ ਹੋਏ ਘਰੋਂ ਅੱਡ ਉਸ ਵਲੌਗ ਤੇ ਵਿਊ ਬੜੇ ਗਏ ਆ ਉਹਦੇ 100 ਸੂਕਕੇ ਦੇ ਪਾਰ ਹੋ ਗਏ ਉਹਨੇ ਹੁਣ ਤਾਂ ਤੇ ਸਾਰੇ ਵਲੌਗ ਚ ਰੀਜ਼ਨ ਨਹੀਂ ਦੱਸੇ ਉਸ ਬੰਦੇ ਨੇ ਸਮਝਦੇ ਹੋ ਥੋੜਾ ਕਲਿੱਕਬੇਟ ਤੇ ਥੋੜਾ ਵਿਊ ਵਾਲਾ ਸਿਸਟਮ ਕਿਵੇਂ ਚੱਲਦਾ ਥੰਮੜੇ ਵਾਲਾ ਸਿਰ ਤੇ ਜਾਂ ਤਾਂ ਉਹ ਤਾਂ ਰੀਜ਼ਨ ਦੱਸ ਕਿਉਂ ਅੱਡ ਫਿਰ ਕੰਦੇ ਜੀ ਉਹਨਾਂ ਦਾ ਘਰ ਦਾ ਮਾਮਲਾ ਸਾਨੂੰ ਤਾਂ ਪਤਾ ਹੀ ਨਹੀਂ ਤੂੰ ਆਂਬ ਲੈਣ ਨੂੰ ਥੰਮੜੇ ਵਾਲ ਪਾਈ ਜਾਂਦਾ ਉਹਦਾ ਰੋਮਾਂਚਕ ਨਹੀਂ ਅੱਜ ਰੋਸ ਨਾ ਹੋ ਜੇ ਕਿਤੇ ਪਾਜੀ ਤੋਂ ਬਿਨਾਂ ਮੈਂ ਕਿਸੇ ਨੂੰ ਕੁੰਦਾ ਨਹੀਂ ਤੇ ਇਹ ਤੂੰ ਸਾਰਿਆਂ ਨੂੰ ਭਾਜੀ ਕਹਿਣਾ ਹੈ ਫਿਰ ਥੰਬਨੇਲ 'ਚ ਖੱਤਾਂ ਲਿਖਣ ਦੀ ਕੀ ਲੋੜ ਐ ਆਪਦੀ ਆਈ ਤੇ ਜੇ ਤੁਸੀਂ ਕੋਈ ਕੰਮ ਕਰਦੇ ਹੋ ਉਹਨੂੰ ਜ਼ਿੰਮੇਵਾਰੀ ਨਾਲ ਲੈ ਕੇ ਕਰਿਆ ਕਰੋ ਤੁਸੀਂ ਕਿਹੜਾ ਬੰਦਾ ਮਾਰਨ ਚੱਲੇ ਹੋ ਯਾਰ ਭਾਜੀ ਕਹਿਣਾ ਸਾਰਿਆਂ ਨੂੰ ਮੈਂ ਆਹ ਲਿਖ ਦਿੰਦਾ ਰਿਪਲਾਈ ਕਰਨ ਵਾਲਿਆਂ ਭਾਜੀ ਨੂੰ ਰਿਪਲਾਈ ਫਿਰ ਯਾ ਭਾਜੀ ਨੂੰ ਜਵਾਬ ਫਿਰ ਕਹਿੰਦੇ ਖੱਤਾਂ ਲਿਖੀਂਦਾ ਨਾਲੇ ਭਾਜੀ ਕਾਕੇ ਗੱਲ ਕਰਦੇ ਕੀ ਕਹਾਂ ਇੱਕ ਦੋ ਬੰਦੇ ਇਹੋ ਜਿਹੇ ਹੈਗੇ ਆ ਜਿਵੇਂ ਮੰਨ ਲਓ ਪਹਿਲਾਂ ਜਦੋਂ ਫੋਨ ਕਰਨਗੇ ਜਿਵੇਂ ਹਨਾ ਭਾਜੀ ਵੀਰ ਜੀ ਅੱਛਾ ਤੂੰ ਤੇ ਜਦੋਂ ਫਿਰ ਤੂੰ ਤੇ ਆ ਜਾਂਦੇ ਆ ਹੂੰ ਬਸ ਉਦੋਂ ਫਿਰ ਕਹਾਣੀ ਖਤਮ ਹੋ ਆਹ ਗੱਲ ਚਲ ਅਹੀਂ ਇਹ ਲੋ ਹਰ ਕਿਸੇ ਨੂੰ ਪਾਛੋਟਾ ਚਾ ਵੱਡਾ ਭਾਜੀ ਤੋਂ ਬਗੈਰ ਮੈਂ ਕਿਸੇ ਨੂੰ ਨਹੀਂ ਬੋਲਦਾ ਹੈਗਾ ਨਹੀਂ ਬੋਲਦਾ ਠੀਕ ਹੈ ਮੇਰਾ ਪਰ ਜਿਹੜੀਆਂ ਖੱੱਚਾ ਲਿਖੀਆਂ ਉਹ ਟੱਠਿਆਂ ਨੂੰ ਲਿਖਿਆ ਕਿ ਗਦੇਆਂ ਨੂੰ ਲਿਖ ਕੀ ਨੂੰ ਲਿਖਿਆ ਖੱੱਚਾ ਖੱੱਚਾ ਤਾਂ ਬੰਦੇ ਨੂੰ ਲਿਖਿਆ ਕਿਸੇ ਨੂੰ ਉਹ ਵੀ ਇਸੀ ਗੱਲ ਹੈ ਯਾਰ ਫਿਰ ਇਹ ਤਾਂ ਉਹੀ ਗੱਲ ਹੈ ਤੂੰ ਸਾਲਾ ਕੁੱਤਾ ਮੈਂ ਇਹ ਕਦੇ ਕੁੱਤਾ ਵਰਡ ਨਹੀਂ ਕੱਢਿਆ ਮੈਂ ਤਾਂ ਕਦੇ ਜ਼ਿੰਦਗੀ ਚ ਸਾਲਾ ਵਰਤੇ ਹੀ ਨਹੀਂ ਨਾ ਨਾ ਜੀ ਮੈਂ ਕਦੇ ਸਾਲਾ ਕਹਿ ਨਹੀਂ ਤੂੰ ਹੈ ਹੀ ਗੰਦ ਨਾ ਨਾ ਜੀ ਮੈਂ ਕਦੇ ਜ਼ਿੰਦਗੀ ਚ ਗੰਦ ਵਰਡ ਵਰਤੇ ਹੀ ਨਹੀਂ ਜੀ ਨਹੀਂ ਨਹੀਂ ਆਪਾਂ ਤਾਂ ਹੀ ਹਰੇਕ ਨੂੰ ਪਾਜੀ ਆਖੀਦਾ ਆਪਾਂ ਕੌਣ ਹੁੰਨੇ ਆ ਕਿਸੇ ਨੂੰ ਗੰਦ ਬੋਲਣ ਵਾਲੇ ਚੋਰੀ ਖਾ ਵੀ ਲਈ ਨਾਲ ਕਹਿੰਦਾ ਮੈਂ ਖਾਣੀ ਨਹੀਂ ਫਿਰ ਵੀ ਇੱਕ ਦੋ ਬੰਦੇ ਹੈਗੇ ਨੇ ਨਾ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਗੱਲਾਂ ਹੀ ਇਹੋ ਜਿਹੀਆਂ ਕਰਦੇ ਮੈਂ ਇੱਕ ਗੱਲ ਕਰਦਾ ਜੇ ਇਹਨਾਂ ਨੂੰ ਵਿੱਚ ਗੱਲ ਦੱਸਦਾ ਤੁਹਾਡੇ ਤੇ ਸਾਡੇ ਚ ਕੀ ਫਰਕ ਆ ਜੇ ਤੁਸੀਂ ਕਹਿੰਦੇ ਨਾ ਮੈਂ ਉਹਨਾਂ ਦਾ ਨਹੀਂ ਲੈਣਾ ਕਈ ਲੋਕ ਇਦਾਂ ਬੋਲ ਦਿੰਦੇ ਐ ਰੋਸਟਰ ਨਾਲ ਨੂੰ ਰਿਪਲਾਈ ਰੋਲਾ ਇੱਕ ਰੋਸਟਰ ਨਾਲ ਹੁੰਦਾ ਲੜਾਈ ਇੱਕ ਰੋਸਟਰ ਨਾਲ ਜਦੋਂ ਆਈ ਬਲੌਗਰਾਂ ਨੂੰ ਰੋਸਟਰ ਨਾਲ ਨੂੰ ਰਿਪਲਾਈ ਤਾਂ ਸਾਰੇ ਗੱਲ ਸਿਆਪਾ ਪਾਉਣ ਵਾਲਾ ਆਪ ਦਾ ਕੰਮ ਕਰਦੇ ਆ ਜੇ ਮੈਂ ਹੁਣ ਤੇਰਾ ਰਮਾਂਚਿਕ ਪ੍ਰੋਗਰਾਮ ਕਰਦਾ ਮੰਨ ਲਾ ਕੱਲ ਨੂੰ ਤੇਰਾ ਰੋਸਟ ਕਰ ਦਾਂ ਦੀਪੇ ਦਾ ਰੋਸਟ 20 ਵਾਰੀ ਕੀਤਾ ਤਾਂ ਦੀਪੇ ਦਾ ਨਾਮ ਲੈ ਕੇ ਦੀਪੇ ਦੀ ਵੀਡੀਓ ਵਿਖਾ ਕੇ ਕੀਤਾ ਉਹਦੇ ਚ ਤੈਨੂੰ ਲੱਗਦਾ ਹਮਾਨੀ ਗੁੱਸਾ ਕਰੂਗੀ ਨਹੀਂ ਜਦੋਂ ਅਸੀਂ ਕਪੜਾ ਬਲੌਗਰਾਂ ਦੀ ਗੱਲ ਕਰਦੇ ਆਂ ਤਾਂ ਕਪੜਾ ਬਲੌਗਰਾਂ ਦਾ ਜੋ ਹੈ ਉਹ ਆਖਦੇ ਆਂ ਇਹ ਤਾਂ ਨਹੀਂ ਆਖਦੇ ਕਿ ਸਾਰੇ ਹੀ ਵੈਸੇ ਤਾਂ ਸਾਰੇ ਹੀ ਬੇੜਾ ਗ ਸਾਰਿਆਂ ਨੂੰ ਹੀ ਆਖਦਾ ਜਿੰਨੇ ਬਣਾਉਂਦੇ ਆ ਵਲੌਗ ਛੋਨਾ ਬੁੱਗੂ ਵਾਲੇ ਜਿਹੜੇ ਕੱਲੇ ਆਗੇ ਸੀ ਚੱਲੇ ਸੀ ਜਿਹੜੇ ਸਿਰਫ ਜਨਾਨੀਆਂ ਦੇ ਵਲੌਗ ਪਾਉਂਦੇ ਆ ਹਮ ਪਰ ਜੇ ਤੁਸੀਂ ਕਿਸੇ ਨੂੰ ਰਿਪਲਾਈ ਕਰਨਾ ਹੈ ਹਨਾ ਤੁਸੀਂ ਤੁਹਾਡਾ ਮੰਨ ਲਓ ਕਲੇਸ਼ ਪੈਸੋ ਦੀ ਕੌਂਟਰੋਵਰਸੀ ਵੀ ਹੋਈ ਤੁਸੀਂ ਨਾਮ ਲੈ ਕੇ ਰਿਪਲਾਈ ਕਰ ਦਿਓ ਕਮ ਸੇ ਕਮ ਬਾਕੀ ਤਾਂ ਆਖਣ ਵੀ ਨਹੀਂ ਯਾਰ ਸਾਨੂੰ ਨਹੀਂ ਆਖਿਆ ਠੀਕ ਹੈ ਉਹ ਤਾਂ ਸਾਨੂੰ ਪਤਾ ਓ ਵੀ ਜੀ ਗੱਲ ਆ ਪਰ ਮੈਂ ਚੈੱਕ ਕਰਨ ਆਇਆ ਸੀ ਆਣਾ ਕੀ ਆ ਤੂੰ ਵਿੱਚ ਹਮ ਕੁਝ ਖੱੱਚਾ ਨੇ ਕੋਈ ਇੱਕ ਦੋ ਬੰਦੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਮੈਂ ਕਿਵੇਂ ਕੋਈ ਮੈਂ ਨਾਮ ਨਹੀਂ ਲੈਣਾ ਤੇਰੇ ਨਾਮ ਲੈਣ ਨਾਲ ਕਿ ਜ਼ਿਆਦਾ ਮਸ਼ਹੂਰ ਹੋ ਜਾਣਗੇ ਅਸੀਂ ਹੂੰ ਉਹ ਮੈਂ ਨਾਮ ਨਹੀਂ ਲੈਣਾ ਕਿਤੇ ਸਬਸਕ੍ਰਾਈਬਰ ਹੀ ਨਾ ਵੱਧ ਜਾਣ ਇਹਨਾਂ ਦੇ ਯਾਰ ਮੇਰੇ ਤੋਂ ਦੁੱਤੇ ਨਿਕਲ ਜਾਣਗੇ ਹੂੰ ਗਾਲਤੋ ਸਵਾ ਉਹ ਬੰਦਾ ਬੋਲਦਾ ਨਹੀਂਗਾ ਆਵਲ ਦੇ ਨਾਲ ਬੋਲਦਾ ਨਹੀਂ ਹੁੰਦਾ ਤੇ ਹਾਰ ਕੇ ਸਰਾਜੋ ਗਾਲਾਂ ਬੜੀਆਂ ਕੱਢ ਕੱਢ ਰਿਹਾ ਬੰਦਾ ਉਹ ਅੱਛਾ ਚਲੋ ਸਾਨੂੰ ਕੀ ਆਪਣਾ ਮੂੰਹ ਗੰਦਾ ਕਰ ਰਿਹਾ ਪਰ ਇਹ ਵਾਗੇ ਫਿਰ ਤੈਨੂੰ ਵੀਡੀਓ ਪਾਉਣ ਦੀ ਕਿ ਲੋੜ ਪਈ ਰਿਪਲਾਈ ਵਾਲੀ ਜੇ ਤੁਸੀਂ ਕਹਿ ਹੀ ਦਿੱਤਾ ਸਾਨੂੰ ਕੀ ਉਹ ਆਪਣਾ ਮੂੰਹ ਗੰਦਾ ਕਰ ਰਿਹਾ ਜੋ ਵੀ ਐਕਸ ਵਾਈ ਜ਼ेड ਜੋ ਵੀ ਹੈ ਫਿਰ 3000 ਰੁਪਏ ਰਿਪਲਾਈ ਕਰਨ ਦੀ ਇਹਨੇ ਲਾਇਆ ਥੰਬਨਲ ਕਿਸੇ ਦੇ ਸਿਰ ਤੇ ਚੱਲਣ ਵਾਲੀਆਂ ਖੱਚਾਂ ਨੂੰ ਰਿਪਲਾਈ ਪਰ ਉਹ ਗੱਲ ਵੱਖਰੀ ਏ ਉਹ ਥੰਬਨਲ ਠੀਕ ਸੀ ਪਰ ਵੀਡੀਓ ਤੇ ਵਿਊ ਵੇਰ ਵੀ ਉਨੇ ਹੀ ਆਏ ਜਿੰਨੇ ਅੱਗੇ ਆਉਂਦੇ ਆ ਇਹ ਸੋਚਦਾ ਹਣਾ ਯਾਰ ਵੀ ਰਿਪਲਾਈ ਕੀਤਾ ਫਾਇਦਾ ਹੀ ਨਹੀਂ ਸੀ ਕੋਈ ਉਹਨੂੰ ਕਿਸ ਹਿਸਾਬ ਨਾਲ ਬੋਲਣਾ ਚਾਹੀਦਾ ਵਾ ਵੱਡਾ ਨਹੀਂ ਵੰਦਾ ਛੋਟਾ ਨਹੀਂ ਵੰਦਾ ਕਿੱਦਾਂ ਦੀਆਂ ਗੱਲਾਂ ਕਰਦਾ ਹੈਨਾ ਹੂੰ ਤੇ ਆ ਆਪਣੀਆਂ ਸਫਾਈਆਂ ਹੀ ਦੇਈ ਜਾਊਗਾ ਮੈਂ ਇੱਦਾਂ ਮੈਂ ਇੱਦਾਂ ਅੱਛਾ ਮੈਂ ਆਵਾਂ ਮੈਂ ਜੀ ਤੇ ਅਸੀਂ ਵੀ ਕਿਹੜਾ YouTube ਤੇ ਬੈਠੇ ਆਂ ਵੀ ਆਪਣਾ ਕੰਮ ਕਰੀਦਾ ਵਾਤੀ ਤੇ ਹੁਣ ਤਾਂ YouTube ਤੇ ਬੈਠਾ ਦੀਆੜੀ ਲਾਉਣ ਜਾਈਦੀ ਅੱਛਾ ਕਿਵੇਂ ਸਫਾਈਆਂ ਦੇਣ ਡਿਆ ਮੈਂ ਇੱਦਾਂ ਮੈਂ ਮੈਂ YouTube ਦਾ ਚੈਨਲ ਨਹੀਂ ਮੈਂ ਮਤਲਬ ਕਿ ਮੈਂ ਆ ਕੰਮ ਹੀ ਕਰਦਾ ਵਾਂ ਹੂੰ ਕੰਮ ਦਾ ਸਾਨੂੰ ਪਤਾ ਕਿਹੜਾ ਕੰਮ ਕਰਦਾ ਉਹ ਸਹੀ ਗੱਲ ਤੇ ਕੰਮ ਮੈਂ ਆਹੀ ਕਰਦਾ ਵਾਂ ਮੈਂ YouTube ਤੇ ਫਿਰ YouTube ਅੰਬ ਲੈਣ ਨੂੰ ਖੁੱਲਿਆ ਫਿਰ ਉਹਨੇ YouTube ਤੇ ਅੰਬ ਮਿਲਦੇ ਆ ਕਿੰਨਾ ਸੀਰੀਸ 하게 ਗੱਲ ਕਰਦਾ ਵਿਚਾਰਾ ਨਾ ਜੇ ਅਸੀਂ ਇੱਦਾਂ-ਉਦਾਂ ਜੇ YouTube ਤੇ ਗੱਲ ਕਰਦਾ ਤੇ ਫਿਰ YouTube ਆਬਲੈਨ ਨੂੰ ਖੋਲਿਆਗਾ ਅਸੀਂ ਇੱਦਾਂ-ਉਦਾਂ ਅਸੀਂ ਵੀ ਕੰਮ ਕਰਦੇ ਆਂ ਪਾਸ ਹੁੰਦਾ ਇੱਕ ਜ਼ਿੰਦਗੀ 'ਚ ਜਿੱਦਣ ਹਾਸਾ ਆਉਂਦਾ ਗੱਲਾਂ ਤੇ ਫਿਰ ਇਹੋ ਹੀ ਹੈ ਨਾ ਹੂੰ ਜੇ ਅਸੀਂ ਗਲਤ ਬੋਲਣ ਤੇ ਆ ਜੀ ਇਹਦੇ ਗਲਤ ਗੱਲਾਂ ਫਿਰ ਸਾਰਿਆਂ ਦੇ ਮੂੰਹ 'ਚੋਂ ਨਿਕਲਦੀਆਂ ਸਹੀ ਗੱਲ ਹੈ ਗੱਲਾਂ ਮਤਲਬ ਮੈਨੂੰ ਇੱਕ ਚੀਜ਼ ਨਹੀਂ ਕਨਫਰਮ ਹੋਈ ਵੀ ਤੁਸੀਂ ਗਲਤ ਬੋਲਣ ਆਏ ਹੋ ਵੀਡੀਓ 'ਚ ਜਾਂ ਗਲਤ ਬੋਲਣਾ ਚਾਹੁੰਦੇ ਹੋ ਜਾਂ ਰਿਪਲਾਈ ਕਰਕੇ ਸਿਰਫ ਵਿਊ ਖਾਣੇ ਆ ਜਾਂ ਵਿਊ ਖਾਣ ਦਾ ਕੋਈ ਜਰੀਆ ਹੀ ਨਹੀਂ ਤੁਸੀਂ ਉਹਨੂੰ ਨਾਲੇ ਕਹਿੰਦੇ ਅਸੀਂ ਭਾਜੀ ਆਖਦੇ ਸੀ ਰਿਪਲਾਈ ਨਹੀਂ ਕਰਨਾ ਆਪਦਾ ਮੂੰਹ ਗੰਦਾ ਕਰਦੇ ਹੋ ਨਾਲੇ ਵੀਡੀਓ ਪਾਤੀ ਫਿਰ ਵੀਡੀਓ ਤੇ ਹੁਣ ਵਿਊ ਵੀ ਨਹੀਂ ਆਏ ਇਹ ਤਾਂ ਕਮ ਰਿਸਕੀ ਹੈ ਹੂੰ ਆਂਦੇ ਹੁੰਦੇ ਨਾ ਕਿਸੇ ਦੇ ਵੱਲ ਵੇਖ ਕੇ ਨਾ ਆਪਣਾ ਮੂੰਹ ਨਹੀਂ ਖਰਾਬ ਕਰੀਦਾ ਇਹ ਵਗਾ ਅਸੀਂ ਕਿਸੇ ਮੈਂ ਤੇ ਕਿਸੇ ਨੂੰ ਗਲਤ ਅਜੇ ਤੱਕ ਨਹੀਂ ਆ ਫਿਰ ਮੂੰਹ ਨਹੀਂ ਖਰਾਬ ਕਰੀਦਾ ਤਾਂ ਖਚਾਂਗਾ ਤੋ ਲਿਖੀ ਜੰਨਾ ਭਰਾਵਾ ਹਾਏ ਰੱਬਾ ਮੇਰੇ ਇਹ ਸਾਰੇ ਵਲੌਗ ਹੀ ਇਹਦੇ ਜਿਹੇ ਹੁੰਦੇ ਮੈਂ ਤਾਂ ਕਦੇ ਵੇਖੇ ਨਹੀਂ ਜ਼ਿੰਦਗੀ ਚ ਲੱਗਦਾ ਵੇਖਣਾ ਹੀ ਪੈਣਾ ਹੈ ਹਮਮ ਜਾਂ ਨਾ ਮੈਂ ਕਿਸ ਨੂੰ ਕਹਿੰਨਾ ਜਿਹੜੇ ਕਹਿੰਦੇ ਨੇ ਗਲਤ ਤੇ ਚਲੋ ਕਹਿਣ ਦੇਣਾ ਚਾਹੀਦਾ ਪਰ ਇਹ ਵਾਗੇ ਸਿੱਕਰੀ ਸੀ ਗੱਲਾਂ ਕਹਿਣ ਤੋਂ ਪਹਿਲਾਂ ਨਾ ਆਪਣੇ ਆਪ ਬੰਦੇ ਨੂੰ ਵੇਖਣਾ ਚਾਹੀਦਾ ਵਾ ਕਿ ਮੈਂ ਸਹੀ ਗੱਲ ਹੈ ਯਾਰ ਕਿਸੇ ਨੂੰ ਕਿਸੇ ਨੂੰ ਵੀ ਗੱਲ ਕਰਦਾ ਨਾ ਗਾਲਤ ਬਗੈਰ ਨਹੀਂ ਕੁੰਦਾ ਇਹ ਬੰਦਾ ਜਦੋਂ ਸਾਡੀ ਨਿੱਜੀ ਦੁਸ਼ਮਣੀ ਮੇਰੀ ਕਿਸੇ ਨਾਲ ਨਹੀਂ ਹੈ ਜੀ ਅੱਛਾ ਨਿੱਜੀ ਦੁਸ਼ਮਣੀ ਮੇਰੀ ਦਜੀ ਦੁਸ਼ਮਣੀ ਕਿਸੇ ਨਾਲ ਹੈਣੀਗੀ ਪਰ ਹੁਣ ਮੈਂ ਘਰ ਪਾਈ ਜਨਾ ਮੇ ਕੋ ਹਿੱਟਾ ਵਾਧੂ ਮੇਰਾ ਜੀ ਕਰਦਾ ਮੈਂ ਨੀ ਦੁਸ਼ਮਣੀ ਪਾਲਾਂ ਕਿਸੇ ਨਾਲ ਇੱਟਾਂ ਦਾ ਵੀ ਟੈਸਟ ਹੋ ਜਾਊਗਾ ਵੀ ਸਹੀ ਹੈ ਕਿ ਨਹੀਂ ਸਹੀ ਸੋ ਵੇਖਦੇ ਆਂ ਬਾਕੀ ਖੱਚਾ ਨੂੰ ਰਿਪਲਾਈ ਕਰਤਾ ਹੁਣ ਵੇਖਦੇ ਕਿਹੜੇ ਕਿਹੜੇ ਖੱਚ ਬੋਲਦੀ ਆ ਜਿਵੇਂ ਕਰਨੀ ਹੋਵੇ ਕਿਸੇ ਦੇ ਨਾਲ ਗੱਲ ਮੈਂ ਵੇਖੋ ਅੱਜ ਤੋਂ ਹਾਂ ਦਾ ਕੰਮ ਨਾ ਮਤਲਬ ਇਹ ਆਪਣਾ ਕੰਮ ਕਰਕੇ ਰਾ ਰਾ ਦਿਹਾੜੀ ਲਾ ਕੇ ਆ ਜੀ ਦਾ ਬਸ ਠੀਕ ਆ ਤੇ ਆ ਟਾਈਮ ਪਾਸ ਵਾਸਤੇ ਮਾਰੀ ਮੋਟੀ ਵਲੋਗਿੰਗ ਕਰੀ ਦੀ ਕਿਤੇ ਜੇ ਟਾਈਮ ਮਿਲੇ ਤੇ ਕਰਦੀ ਦੀ ਕੇਵਲੇ ਹਾਡੇ ਵੱਲੋਂ ਤੇ ਵੇਖਿਓ ਡੇਲੀ ਸਾਡੇ ਵਲੌਗ ਨਹੀਂ ਹੁੰਦੇ। ਇੱਕ ਦੋ ਪਿਛਲੇ 5 ਦਿਨਾਂ ਤੋਂ ਲਗਾਤਾਰ ਵਲੌਗ ਆਈ ਜਾਂਦੇ ਤੇਰੇ। ਡੇਲੀ ਸਾਡੇ ਵਲੌਗ ਨਹੀਂ ਹੁੰਦੇ। ਆਪ ਦਾ ਚੈਨਲ ਆਪ ਹੀ ਫਰੋਲ ਲਿਆ ਕਰੋ। ਹੁਣ ਐ ਨਾ ਆਖੀ ਮੇਰੇ ਘਰ ਵਾਲੀ ਬਣਾ ਲੈਂਦੀ ਆ ਉਹ ਤਾਂ ਵੇਲੀ ਹੁੰਦੀ ਐ। ਦਾਲ ਸ਼ਾਮ ਨੂੰ ਤਰਨੀ ਦਿੱਤਾ। 2 ਦਿਨ ਛੱਡ ਕੇ 2 ਦਿਨ ਛੱਡ ਕੇ ਪੈਂਦੇ ਸਾਡੇ ਵੱਲੋਂ। ਹਨਾ। ਅੱਛਾ ਇੱਕ ਨਾਲੇ ਡੇਲੀ ਵਲੌਗ ਨਹੀਂ ਹੁੰਦੇ। ਨਾਲੇ ਇੱਕ ਦਿਨ ਛੱਡ ਕੇ ਜਾਂ 2 ਦਿਨ ਛੱਡ ਕੇ ਪੈਂਦੇ। ਡੇਲੀ ਵਾਲਾ ਹਿਸਾਬ ਹੀ ਹੋ ਗਿਆ। ਜੱਤ ਹੋਵੇ ਨਾ ਹਫਤੇ 'ਚ ਇੱਕ ਵੀਡੀਓ ਆਉਂਦੀ ਫੇਰ ਆਖੇ ਯਾਰ ਡੇਲੀ ਵੀਡੀਓ ਨਹੀਂ ਹੁੰਦੀਆਂ ਸਾਡੀਆਂ। ਇੱਕ ਦਿਨ ਛੱਡਨ ਨੂੰ ਵੀ ਦਿੱਲੀ ਚੱਲ ਮਹੀਨੇ ਚ 20 ਤਾਏ ਗੱਲਬਾਤ ਜੇ ਕਿਹਨਾ ਕਰਨੀ ਹੁੰਦੀ ਚੰਗੀ ਤਰ੍ਹਾਂ ਹੂੰ ਦੇਖੇ ਨੂੰ ਬੋਲਾਂ ਦੀ ਥੋੜੀ ਜਿਹੀ ਤਮੀਜ਼ ਹੋਣੀ ਚਾਹੀਦੀ ਗੱਲਾਂ ਹਨ ਨੂੰ ਹੀ ਕਰਨੀਆਂ ਹੁੰਦੀਆਂ ਐ ਕਲਿੱਪਾਂ ਹੀ ਵੀ ਜੋੜ ਸਕਦੇ ਆ ਇਦਾਂ ਇਦਾਂ ਅੱਛਾ ਪਰ ਇਹ ਵਕ ਮੈਨੂੰ ਗੁੱਸਾ ਤਾਂ ਲੱਗਦਾ ਜਿਵੇਂ ਬੇਫਜ਼ੂਲ ਕੋਈ ਗੱਲਾਂ ਕੱਢਦਾ ਨਾ ਬੇਫਜ਼ੂਲ ਅੱਛਾ ਅਵਲ ਤੇ ਅਸੀਂ ਤੇ ਤੁਹਾਨੂੰ ਅੱਗੇ ਮੈਂ ਦੱਸਿਆ ਮੈਂ ਭਾਈ ਤੋਂ ਬਗੈਰ ਕੇ ਇਹਨੂੰ ਨਹੀਂ ਹੁੰਦਾ ਹਰ ਕੇ ਨੂੰ ਭਾਜੀ ਵੀਰ ਜੀ ਕਹਿੰਦਾ ਹਰ ਕਿਸੇ ਨੂੰ ਇਤੋਂ ਚੰਗਾ ਤਾਂ ਗਰਲਾਲ ਬਾਵਾ ਹੀ ਐ ਇੱਥੇ ਬਾਲਾ ਇੱਕੋ ਗੱਲ ਦਾ 13 ਮਿੰਟ ਦਾ ਵਲੌਗ ਬਣਿਆ 13 ਮਿੰਟ ਆਈ ਬਹਿ ਕੇ ਬੋਲਿਆ ਹਾਲੇ ਤਾਂ 3 ਮਿੰਟ ਹੀ ਹੋਏ ਹਾਇਰ ਅੱਪ ਮੇਰੇ 3 ਗੱਲਾਂ ਹੀ ਆਈਆਂ ਭਾਜ ਤੋਂ ਬਗੈਰ ਨਹੀਂ ਬੋਲਿਆ ਕਿਸੇ ਨੂੰ ਕਿਸੇ ਨੂੰ ਬੋਲ ਕੇ ਮੂੰਹ ਨਹੀਂ ਗੰਦਾ ਕਰਨਾ ਥੰਬਨੇਲ 'ਚ ਖੱਤਾਂ ਲਿਖ ਦੋ ਲਿਖਣ ਨਾਲ ਮੂੰਹ ਗੰਦਾ ਨਹੀਂ ਹੁੰਦਾ ਉਦਾਂ ਕਹਿੰਦਾ ਵਾ ਕਿ ਮੈਂ ਆਪਣਾ ਚੈਨਲ ਮੈਂ ਇਦਾਂ ਹੀ ਮੈਨੂੰ ਕੋਈ ਵੀਊ ਦੇਣਾ ਮੈਨੂੰ ਹੀ ਚੱਕਰ ਹੈਗਾ ਮੈਨੂੰ ਆ ਨਹੀਂ ਹੈਗਾ ਮੈਨੂੰ ਇਹ ਨਹੀਂ ਹੈਗਾ ਤੇ ਐਵੇਂ ਫਿਰ ਲੋਕਾਂ ਦੀਆਂ ਵੀਡੀਓ ਜੋੜ-ਜੋੜ ਕੇ ਵੀਡੀਓ ਲੋਕਾਂ ਦੀ ਪਾਪ ਆ ਕੇ ਤੇ ਆਪਣੇ ਵੀਊ ਕਰੰਡਿਆ ਗਲਤੀ ਹੋਈ ਜਣਾ ਤੁਸੀਂ ਫੇਮ ਦਾ ਭੁੱਖਾ ਫਿਰ ਈ ਮੈਨੂੰ ਅੱਜਕੱਲ ਤੁਮੀ ਸੁਣ ਲਾ ਫਿਰ ਗੱਲਾਂ ਫਿਰ ਸੱਚੀਆਂ ਮੈਂ ਤੇ ਹਵਲ ਤੇ ਕਹਿੰਦਾ ਨਹੀਂ ਕਿਸ ਨੂੰ ਨਾਲੇ ਬੋਲਤੀਆਂ ਨਾਲੇ ਕਹਿੰਦਾ ਮੈਂ ਕਹਿੰਦਾ ਨਹੀਂ ਉਹ ਭਰਾਵਾ ਕੀ ਚੱਲੀ ਜਾਂਦਾ ਇਹ ਕਿਹਨੂੰ ਰਿਪਲਾਈ ਕਰੀ ਜਾਂਦਾ ਬਾਤ ਆਕਿਆ ਪਿਆ ਵਿਚਾਰਾ ਭਰਿਆ ਪਿਆ ਅੰਦਰੋਂ ਪੂਰਾ ਇੱਥੇ ਤੱਕ ਨਹੀਂ ਆਉਣ ਵਾਲੀ ਹੁੰਦੀ ਉਹ ਭਰਿਆ ਪਿਆ ਸੌਰੀ ਖੰਦੇ ਵਿੰਦੇ ਸੀ ਭਰਿਆ ਪਿਆ ਵਿਚਾਰਾ ਯਾਰ ਮੈਨੂੰ ਗੱਲਾਂ ਖਵਾਈਆਂ ਆਈ ਤੇ ਐਦਾਂ ਮਾੜੀ ਮੋਟੀ ਵਲੋਗਿੰਗ ਕਰਦੇ ਰਹਿਣਾ ਪਹਿਲਾਂ ਤੇ ਆਂਦਾ ਸੀ ਕਿ ਮੈਨੂੰ YouTube ਦਾ ਮੈਨੂੰ ਆਂਦਾ ਕੁਝ ਨਹੀਂ ਹੁੰਦਾ ਇੰਨੇ ਕੱਟ ਮੈਂ ਤਾਂ ਬਸ ਉਦਾਂ ਹੀ ਆਪਣੀਆਂ ਵੀਡੀਓ ਪਾਉਣਾ ਇਦਾਂ ਉਦਾਂ ਮੇਰਾ ਕੰਮ ਹੈ ਮੇਰਾ ਕੰਮ ਹਰ ਇੱਕ ਬੰਦੇ ਦਾ పార్ਟ ਟਾਈਮ ਜੌਬ ਕੋਈ ਹੈਗਾ ਹਰ ਇੱਕ ਬੰਦਾ ਕਰਦਾ ਏ ਨਾ ਸਮਝ ਨਹੀਂ ਕਿ ਕੋਈ ਲੋਕ ਬਹਿੜਾ ਕੋਈ ਵੀ ਆ ਕਿ ਆਪਣਾ ਸਿਰਫ YouTube ਤੇ ਬੈਠਾ ਕੱਲਾ YouTube ਤੋਂ ਕਮਾਈ ਆਉਂਦੀ ਏ ਬਾਈ ਜੀ ਮੈਂ ਇੱਕ ਗੱਲ ਦੱਸਦਾ ਮੇਰਾ ਕੋਈ ਇੱਕ ਹੋਰ ਕੰਮ ਕਰਨੀ ਮੈਂ ਕੱਲਾ ਸਿਰਫ YouTube ਤੇ ਬੈਠਾ ਮਾਲਕ ਦੀ ਮਿਹਰ ਨਾਲ ਧੰਨਵਾਦ ਆ ਬਾਬਾ ਜੀ ਦਾ ਜ਼ਿੰਦਗੀ 'ਚ ਹੋਰ ਕੋਈ ਕੰਮ ਕਰਨਾ ਵੀ ਨਹੀਂ ਜੇ ਰੱਬ ਨੇ ਕਿਸੇ ਹੋਰ ਪਾਸੇ ਡਿਊਟੀ ਲਾਈ ਤਾਂ ਕਰ ਲਾਂਗੇ ਪਰ ਸਾਡਾ ਸਾਰੀ ਜਾਂਦਾ YouTube ਤੇ ਹੂੰ ਅਸੀਂ ਐਡਾਂ ਵੀ ਬੰਦ ਕਰਤੀਆਂ ਕਰਨੀਆਂ ਲੋਕਾਂ ਦਾ ਪਿਆਰ ਹੀ ਇੰਨਾ ਮਿਲਿਆ ਲੋੜੇ ਹੀ ਨਹੀਂ ਮੈਨੂੰ ਕੱਲ ਇੱਕ ਚੱਲ ਛੱਡ ਰਹੇ ਹੰਦੇ ਕੱਲ ਕਿਸੇ ਐਡਲਮ ਭਾਈ ਸਾਹਿਬ ਐਡ ਕਰ ਲਓ ਮੈਂ ਕਿਹਾ ਨਹੀਂ ਭਾਈ ਮੈਂ ਬੈਟਿੰਗ ਟਰੇਡਿੰਗ ਨਹੀਂ ਕਰਦਾ ਅੱবি ਮੈਨੇ ਬੰਦ ਕਰਦੀ ਥੋੜਾ ਸਾ ਇਸ਼ੂ ਚੱਲ ਰਿਹਾ ਮੈਨੇ ਅਬ ਵਾਦਾ ਕੀਆ ਭਾਈ ਕਰ ਲਓ ਇੱਕ ਤਾਂ ਕਰ ਲਓ ਭਾਈ ਸੱਚੀ ਗੱਲ ਝੂਠ ਨਹੀਂ ਮਾਰਦਾ ਮੈਂ ਜੇ ਕਿਸੇ ਕੋਲ ਪ੍ਰੂਫ ਚਾਹੀਦੀ ਹੁਣ ਮੋਦੇ ਵਿਖਾ ਦੂੰਗਾ ਮੈਂ ਇਨਾਂ ਨੂੰ ਥੋੜੀ ਗੱਲਾਂ ਲਵਾ ਵਾਂਗੂ ਗੱਲ ਕਰਕੇ ਮੁੱਕਰ ਜਾਂ ਲਿੰਡਨ ਦੀ ਸ਼ੋਪਿੰਗ ਕਰ ਆਹ ਹੋਰ ਕੇ ਪਾਸੇ ਤੁਹਾਨੂੰ ਕੰਮ ਨਹੀਂ ਕੋਈ ਵੀ ਹੈਗਾ ਇਹ ਤੇਰੇ ਮਨ ਦੇ ਵਿੱਚ ਵਹਿਮ ਆ ਬਸ ਹੋਰ ਕਿਹਦੇ ਨਹੀਂ ਆ ਕਵਹਿਮ ਇਹ ਤੂੰ ਸਮਝਦਾ ਵਾਂਗੇ ਤੂੰ ਹੀ ਕੰਮ ਕਰਦਾ ਵਾ ਤੇ ਹੋਰ ਕੋਈ ਕੰਮ ਨਹੀਂ ਕਰਦਾ ਇਹ ਆਪਣੀ ਗੱਲ ਆਪਣੇ ਮਨ ਚ ਵਹਿਮ ਕੱਢਦੇ ਤੇ ਸਹੀ ਗੱਲ ਤੇ ਬਸ ਮੈਂ ਹੀ ਆ ਤੇ ਤੂੰ ਵੀ ਫੇਮ ਹੀ ਲੈਂਦੇ ਆ ਫਿਰ ਅਸਲ ਦੇ ਵਿੱਚ ਜੇ ਕਿਸ ਦੀਆਂ ਵੀਡੀਓ ਤੂੰ ਜੋੜ-ਜੋੜ ਪਾਉਂਦੇ ਆ ਤੂੰ ਕਦ ਲਈ ਪਾਉਂਦੇ ਆ ਜੇ ਤੈਨੂੰ ਵੀਡੀਓ ਦੂ ਲੋਕਾਂ ਦੀ ਵੀਡੀਓ ਕਦੀ ਕਿਸ ਦੀ ਜੋੜ ਦਿੰਦਾ ਕਦੀ ਕਿਸੇ ਦੀ ਕਦੀ ਕਿਸੇ ਮੈਂ ਨਾਲ ਹੀ ਲੈਣਾ ਵੈਸੇ ਉਹ ਭਰਾਵਾ ਜੇ ਨਾਂ ਨਹੀਂ ਲੈਣਾ ਤਾਂ ਫਿਰ ਤੂੰ ਵੀਡੀਓ ਹੀ ਕਾਤੋਂ ਪਾਈ ਜੰਨਾ ਤੇਨੂੰ ਪਤਾ ਜੇ ਤੂੰ ਬੰਦੇ ਨੂੰ ਰਿਪਲਾਈ ਕਰੀ ਜੰਨਾ ਕਿਸੇ ਨੂੰ ਉਹਦੇ ਕੋਲੇ ਪਹੁੰਚ ਵੀ ਗਿਆ ਨਾ ਲੈ ਦੇ ਡਰਦਾ ਕਾਤੋਂ ਆ ਫਿਰ ਨਾਂ ਲੈ ਕੇ ਰਿਪਲਾਈ ਕਰ ਉਹਨੇ ਵੀ ਤੈਨੂੰ ਨਾਂ ਲੈ ਕੇ ਕੀਤਾ ਹੁਣ ਹੁਣ ਮਹਿਰਮਾਂਚਿਕਪੁਰੋਂ ਤੇਰੇ ਕਰੀ ਨਾ ਹੁਣ ਥੋੜੀ ਮੈਂ ਕਾ ਗੁੱਸਾ ਕਰੀ ਜਾਂਦਾ ਹੋਗਾ ਮੇਰੇ ਤੇ ਤਾਂ ਪਾਇਆ ਹੀ ਨਹੀਂ ਅੱਜ ਮੈਂ ਤਾਂ ਗੁੱਸਿਆਂ ਰਿੰਪਲ ਨਾਲ ਆਏ ਥੋੜੀ ਚੱਲਦਾ ਹੁੰਦਾ ਨਾਲੇ ਤੁਸੀਂ ਆਖਦੇ ਨੇ ਅਸੀਂ ਕਿਸੇ ਨੂੰ ਭਾਜੀ ਤੋਂ ਬਿਨਾਂ ਗੱਲ ਨਹੀਂ ਕਰਦੇ ਨਾਲੇ ਆਖਦੇ ਅਸੀਂ ਬੋਲਦੇ ਨਹੀਂਗੇ ਤੇ ਨਾਲੇ ਬੋਲੀ ਵੀ ਜਾਂਦੇ ਹੋ ਇਹ ਤਾਂ ਫਿਰ ਗੱਲ ਗਲਤ ਥੋੜੀ ਵੀ ਕਿਸੇ ਨੂੰ ਕਪਲ ਬਲੋਗਰ ਨੂੰ ਕੋਈ ਤਕਲੀਫ ਨਹੀਂ ਬਲੋਗਰ ਨੂੰ ਤਕਲੀਫ ਇਹੀ ਹੈ ਕਿ ਸਾਲਾ ਜਿਹੜਾ ਬੰਦਾ ਮਿਹਨਤ ਕਰਦਾ ਉਹ ਤਾਂ ਚੱਲਦਾ ਨਹੀਂ ਇਹ ਜਨਾਨੀਆਂ ਵਖਾਖਾ ਵੀਊ ਲੈ ਕੇ ਕਿੱਥੇ ਦੀਪੇ ਵਰਗਾ ਅਮਜੀ ਹਕਟਰ ਚੱਕੀ ਫਿਰਦਾ ਐਕਟਿੰਗ ਦਾ ਕੱਖਾ ਨਹੀਂ ਪਤਾ ਉਹਨਾਂ ਉਸ ਬੰਦੇ ਨੂੰ ਯੇਨ ਉਹਨਾਂ ਗੱਲ ਇਹ ਹੁਣ ਮੰਨ ਲਓ ਜਿਹੜਾ ਬੰਦਾ ਐਕਟਿੰਗ ਕਰ ਮੈਂ ਤਾਂ ਚੱਲ ਯਾਰ ਮੇਰੀ ਮਾਲਕ ਨੇ ਮਿਹਰ ਸੀ ਸੁਣ ਲਈ ਕਿਸੇ ਪਾਸੇ ਸੂਤ ਲੱਗ ਗਿਆ ਪਰ ਜਿਹੜਾ ਬੰਦਾ ਐਕਟਿੰਗ ਕਰਕੇ ਘਰੇ ਬੈਠਾ ਐਕਟਿੰਗ ਸਿੱਖ ਕੇ ਜਿਹੜਾ ਬੰਦਾ ਸਟਰਗਲ ਕਰੀ ਜਾਂਦਾ ਜ਼ਿੰਦਗੀ 'ਚ ਕੰਮ ਨਹੀਂ ਮਿਲ ਜਾਂਦਾ ਪੈਸਾ ਨਹੀਂ ਮਿਲ ਜਾਂਦਾ ਫਿਰ ਉਹਨੂੰ ਕਿਸਮਤ ਥੋ ਇਹ ਤਾਂ ਵਧੀਆ ਗੱਲ ਆ ਵਿਆਹ ਲੋ ਜਨਾਨੀ ਵਿਖਾ ਲੋ ਬਸ ਚਲੋ ਕੋਈ ਚੱਲ ਨਹੀਂ ਚੱਲੀ ਚੱਲੋ ਵਲੋਗਾਂ ਦੇ ਵੀਊ ਤਾਂ ਆ ਹੀ ਜਾਣੇ ਆ ਲੋਕੜਾ ਸਾਨੂੰ ਵੇਖਦੇ ਆ ਘਰ ਦੇ ਲੋਕ ਇੱਕ ਨਾ ਲੋਕਾਂ ਨੂੰ ਬੜਾ ਵੇਖੀਏ ਕਿੱਥੇ ਚੱਲੇ ਆ ਲੋਕਾਂ ਨੂੰ ਬੜਾ ਸਵਾਦ ਆਉਣ ਲੱਗਿਆ ਲੋਕਾਂ ਦੇ ਘਰਾਂ ਚ ਚੱਕਣ ਦਾ ਓਏ ਵੇਖੀ ਕਿੱਥੇ ਚੱਲੇ ਆ ਕੀ ਲੈ ਕੇ ਆਏ ਕਿੱਥੇ ਪਲਾਟ ਲੈ ਆਏ ਨੇ ਕਿੱਧਰ ਨੂੰ ਰਸੋਈ ਬਣਾਈ ਐ ਅੱਛਾ ਅੱਛਾ ਸਰੀਆਂ ਵੀ ਪੈ ਗਿਆ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਸਾਡੇ ਪਲਾਟ ਚ ਕੰਮ ਕੀ ਜੱਲੇ ਸਾਰਾ ਕੁਝ ਤਾਂ ਲੋਕ ਵਲੋਗਾਂ ਚ ਵੇਖ ਲੈਂਦੇ ਇਹਨਾਂ ਦੇ ਇਹ ਲਾਈਵ ਥੋੜੀ ਏ ਕੋਈ ਇਹ ਹੁਣ ਤਾਂ ਬਹੁਤ ਸੋਖਾ ਕਰੀਂਂਦੇ ਪਰ ਗਾਂ ਜਾ ਕੇ ਓਖਾ ਬਹੁਤ ਕਰੂਗੀ ਤੁਹਾਨੂੰ ਜ਼ਿੰਦਗੀ ਹਰੇਕ ਕਪਲ ਬਲੌਗਰ ਦੀ ਕਹਾਣੀ ਇਹੀ ਹੋਗੀ ਵੀ ਕਿਤੇ ਕੇਰੀ ਜੋੜ ਕੇ ਵੀਡੀਓ ਹੈ ਤੇ ਆਪਣਾ ਨਾਲ ਲਾਦਣਾ ਵਗੈਰਾ ਹਨਾ ਆਪਣੇ ਚੈਨਲ ਤੇ ਪਾਉਣ ਡਿਆਂ ਤੂੰ ਤੇ ਫਿਰ ਤੂੰ ਵੀ ਵਿਊ ਦਾ ਭੁਖਾਵਾ ਹੋਰ ਕੀ ਉਹ ਭਰਾਵਾ 6 ਵਾਰੀ ਆਖਤੀ ਗੱਲ ਏ ਕੋਈ ਹੋਰ ਕੰਮ ਲੈ ਕਰਨ ਨੂੰ ਇਦਾਂ ਮੈਨੂੰ ਇਦਾਂ ਹੂੰ ਇਹ ਗੱਲਾਂ ਦਾ ਕੁਛ ਨਹੀਂ ਹੈਗਾ ਨਚੋੜਪਾ ਅੱਛਾ ਤੂੰ ਵੀ ਸਿਆਣਾ ਵਾ ਤੇ ਗੱਲਾਂ ਇਹ ਵਗੈ ਗਾਲ ਮੰਦਾਂ ਨੇ ਕਿਹਨੂੰ ਕਰੀਦਾ ਅਸਲ ਦੇ ਵਿੱਚ ਗੱਲ ਸਿੱਧੀ ਹੱਡੀ ਤੇ ਬਾਕੀ ਚਾਹਣ ਵਾਲੇ ਜੀਂਦੇ ਵਸਦੇ ਰਹਿਣ ਹੂੰ ਠੀਕ ਆ ਤੇ ਆਪਣੀ ਤੇ ਮਾੜੀ ਮੋਟੀ ਵਲੋਗਿੰਗ ਇਹੋ ਹੀ ਆ ਘਰ ਦੀ ਘਰੇਲੂ ਵਲੋਗਿੰਗ ਹੁੰਦੀ ਜਿਹੜੀ ਆਪਾਂ ਕਰਦੇ ਆਂ ਕਿਉਂਕਿ ਆਪਾਂ ਸ਼ਾਮ ਨੂੰ ਜਿਹੜਾ ਮਿਲਦਾ ਆਪਾਂ ਨੂੰ ਟਾਈਮ ਆਣ ਕੇ ਅੱਛਾ ਅੱਛਾ ਤੇ ਆਪਾਂ ਇਹੋ ਕਰੀ ਦੀ ਵਲੋਗਿੰਗ ਹੂੰ ਤੇ ਕਿ ਇਹਨੂੰ ਗਲਤ ਮਾੜਾ ਤੇ ਆਪਾਂ ਕਹਿੰਦੇ ਨਹੀਂ ਤੇ ਨਾ ਆਪਾਂ ਨੂੰ ਕੋਈ ਲੋੜ ਵਾ ਸਹੀ ਗੱਲ ਚਲੋ ਬੱਸ ਇਹ ਵਗੇ ਜੀ ਦੇ ਵਸਦੇ ਆਣ ਸਾਰੇ ਗਲਤ ਜੇ ਕੁਛ ਉਹ ਯਾਰ ਇੰਨੇ ਕੱਟ ਇੰਨੇ ਕੱਟ ਤਸਾਲੀ ਮੈਂ ਫਿਲਮ ਚ ਵੀ ਨਹੀਂ ਵੇਖਿਆ ਕਦੇ ਜਿੰਨੇ ਇੱਕੋ ਵਲੌਗ ਚ ਪਾਤੇ 5 ਮਿੰਟਾਂ ਚ 150 ਕੱਟ ਪਾਤਾ ਜਿਉਂਦੇ ਵਸਦੇ ਰੋ ਸਾਰੇ ਨੇ ਬਏ ਖੱਟਾ ਨੂੰ ਰਿਪਲਾਈ ਆਪਾਂ ਦਾ ਭਾਈਤ ਬਗਾਰ ਗੱਲ ਨਹੀਂ ਕਰੀ ਦੀ ਕਿਸੇ ਬਾਰੇ ਮੈਂ ਗਲਤ ਕਿਹਾ ਹੋਵੇ ਤੇ ਉਹਦੇ ਬਾਰੇ ਮਾਫੀ ਲੈ ਬਾਕੀ ਕੀंदे ਵਸਦੇ ਰਹਿਣ ਸਾਰੇ ਇਹ ਤਾਂ ਉਹੀ ਗੱਲ ਹੈ ਮੇਰੇ ਵਰਗਾ ਕਿਸੇ ਨੂੰ ਰਿਪਲਾਈ ਕਰਦੇ ਚਪੇੜੇ ਚਪੇੜੀ ਵਾਲਾ ਕੰਮ ਕਰਦੇ ਬਾਅਦੋਂ ਆਖੇ ਜੇ ਕੁਝ ਗਲਤ ਕਿਹਾ ਤਾਂ ਮਾਫੀ ਅਏ ਯਾਰ ਭਰਾਵਾ ਦੇਖ ਤੇਰੇ ਤੇ ਕਿਸ ਨੇ ਵੀਡੀਓ ਪਾਤੀ ਠੀਕ ਆ ਤੈਨੂੰ ਗੁੱਸਾ ਲੱਗਿਆ ਇਹ ਤਾਂ ਤੂੰ ਉਧਰ ਅਪਲਾਈ ਕਰ ਦੇ ਤੂੰ ਆਖਣਾ ਵੀ ਤੂੰ ਪਾਈ ਤਾਂ ਮੇਰਾ ਵੀ ਅੱਗੋਂ ਰਿਪਲਾਈ ਸੁਣ ਲੈ ਅੱਗੋਂ ਅਗਲਾ ਭਾਵੇਂ ਚੌਥਾ ਰਿਪਲਾਈ ਪਾਵੇ ਤੀਜਾ ਪਾਵੇ ਤੂੰ ਦਸਵਾਂ ਪਾ ਦੇ ਜੇ ਤੂੰ ਕੰਟਰੋਵਰਸੀ ਚ ਚੋਣਾ ਜਾਂ ਵੀਊ ਚ ਚੋਣਾ ਤੇਰੇ ਵੀਊ ਵੀ ਨਹੀਂ ਆਏ ਇਸ ਵੀਡੀਓ ਤੇ ਹਨਾ ਹਿਸਾਬ ਉੱਥੇ ਜੀ ਇਹਦੂ ਚੰਗਾ ਤਾਂ ਇੱਟਾਂ ਵਾਲਾ ਵਲੌਗ ਪਾਇਆ ਚੰਗਾ ਸੀ ਰੇਤਾ ਆ ਗਿਆ ਜਾਂ ਰੇਤਾ ਚੱਲੇ ਬੱਜਰੀ ਆ ਗਈ ਕਿਰਨ ਨੇ ਰੇਤਾ ਚੱਕਤਾ ਕਿਦਰ ਨੇ ਬੱਦਰੀ ਵਾਲੀ ਕਈ ਚਲਾਤੀ ਕੁਝ ਵੀ ਕਰਤਾ ਮਤਲਬ ਹਨਾ ਕਿਰਨ ਨੇ ਕੋਲਿਆ ਮਸਾਲਾ ਕੁਝ ਵੀ ਲਾ ਲਾ ਪਰ ਜੇ ਤੂੰ ਕਹਿੰਦਾ ਵੀ ਮੈਂ ਰਿਪਲਾਈ ਨਹੀਂ ਕਰਨਾ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਦਾ ਮੈਂ ਆਪਦੇ ਕਿਸੇ ਨੂੰ ਬੋਲ ਕੇ ਜबान ਨਹੀਂ ਗੰਦੀ ਕਰਦਾ ਤਾਂ ਫਿਰ ਤੂੰ ਇਹ ਵੀ ਵੀਡੀਓ ਨਾ ਪਾਉਂਦਾ ਗੱਲ ਖਤਮ ਸਮਝ ਨਹੀਂ ਆਉਂਦੀ ਪਈ ਤੇ ਤੂੰ ਰਿਪਲਾਈ ਕਰਨਾ ਚਾਹੁੰਦਾ ਹੈ ਜਾਂ ਲੜਾਈ ਲੈਣਾ ਚਾਹੁੰਦਾ ਹੈ ਜਾਂ ਉਹਨੂੰ ਰਿਪਲਾਈ ਕੁਝ ਬੋਲਣਾ ਚਾਹੁੰਦਾ ਹੈ ਜਾਂ ਨਹੀਂ ਬੋਲਣਾ ਚਾਹੁੰਦਾ ਮਤਲਬ ਤੇਰਾ ਪੱਖ ਨਹੀਂ ਸਮਝਾਇਆ ਕੀ ਤੂੰ ਪੱਖ ਰੱਖਿਆ ਹੀ ਨਹੀਂ ਕੁਝ ਸਮਝ ਨਹੀਂ ਆਈ ਕਹਾਣੀ ਚੱਲੀ ਗਈ ਜਾਂਦੀ ਹੈ ਪਤਾ ਨਹੀਂ ਮਿਲਦਾ ਇੱਥੇ ਬੈਠੇ ਬੋਲੀ ਜੋ ਤੇਰਾ ਮਿੰਟ ਦਾ ਚਲੋ ਭਰਾਵਾ ਇਹ ਵੀ ਠੀਕ ਹੈ ਗੁੱਡ ਮਾਰਨਿੰਗ ਨੈਕਸਟ ਡੇ ਰਾਤੀ ਥੱਕ ਗਿਆ ਉਹ ਨਾ ਵਿਚਾਰਾ ਬੋਲ ਬੋਲ ਕੇ ਇਹਨੂੰ ਆਈ ਸੋਚਿਆ ਉਹ ਨਾ ਵੀ ਚਲ ਸੋਣ ਸਵੇਰੇ ਵਲੌਗ ਕਰੇਗਾ ਕਿ सेम ही ਚੱਲੂ ਕੰਮ ਹੂੰ ਚਲੋ ਦੇਖ ਲੈ ਗੱਲਾਂ ਬਾਤਾਂ ਤਾਂ ਇਦਾਂ ਹੁੰਦੀਆਂ ਰਹਿਣੀਆਂ ਜਿੰਨੇ ਕਰਨੀ ਸਾਰੀ ਰਾਤ ਬੈਠਾ ਰਹਿਣਾ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਨੂੰ ਜਿੰਨੇ ਕਰਨੀ ਹੈ ਤੂੰ ਪਹਿਲਾਂ ਨਾ ਯਾਰ ਰੱਬਾ ਓਏ ਮੇਰੇ ਆ ਕੀ ਹੈ ਕਰੀ ਵੀ ਜਾਣੀ ਹੂੰ ਚਲ ਫਿਰ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਬਲੌਗ ਦੇ ਵਿੱਚ ਚਲੋ ਤੇ ਕੰਮ ਚੱਲ ਰਿਹਾ ਚਲੋ ਕਹਿੰਦੇ ਉੱਥੇ ਚਲੋ ਮੇਰੇ ਕੋਲ ਥੋੜਾ ਲੇਟ ਮੈਂ ਹੋ ਜੰਨਾ ਵਾ ਨਹੀਂ ਆਇਆ ਜਾਂ ਕਿਉਂਕਿ ਕੰਮ ਵੀ ਆਪਦਾ ਦੇਖਣਾ ਹੁੰਦਾ ਮੈਂ ਸਹੀ ਹੈ ਸਟਰਗਲ ਹੈ ਬਾਈ ਦੇ ਵਿੱਚ ਫਿਰ ਜਿੱਥੇ ਕੰਮ ਤੇ ਲਾਈਦਾ ਹਣਾ ਉੱਥੇ ਜਾਣਾ ਵੀ ਪੈਂਦਾ ਤੇ ਫਿਰ ਇਹ ਵਗੇ ਉੱਥੇ ਡਾਡੀ ਹੁਣੀ ਦੇਖ ਲੈਂਦੇ ਨੇ ਕੰਮ ਥੋੜਾ ਬਹੁਤ ਹੂੰ ਚਲੋ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਉਹ ਉਹਨਾਂ ਥੋੜਾ ਬਹੁਤ ਜਿਹੜਾ ਕੰਮ ਸ਼ੁਰੂ ਕੀਤਾ ਵਾ ਕਿਉਂ ਉੱਥੇ ਦੇਖ ਰਿਹਾ ਕਿ ਥੋੜੀ ਬਹੁਤ ਕਰਦੇ ਨੇ ਆਪਦਾ ਹੀ ਵਲੌਗ ਹੈ ਘਰ ਦਾ ਹੀ ਵਲੌਗ ਹੈ ਤੇ ਆਪਦੇ ਘਰਦਿਆਂ ਦਾ ਹੀ ਧੰਨਵਾਦ ਕਰੀ ਜਾਓ ਕੋਈ ਚੱਕਰ ਨਹੀਂ ਬਾਹਰੋਂ ਕਿਹੜਾ ਏ ਢਿੱਲੋ ਸਾਨੂੰ ਕਰਦੇ ਨੇ ਧੰਨਵਾਦ ਕਰ ਦੋ ਕੋਈ ਗੱਲ ਨਹੀਂ ਆਏ ਆਖੋ ਨਾ ਰਲ ਮਿਲ ਕੇ ਚੱਲੀ ਜਾਂਦੀ ਏ ਗੱਡੀ ਸਾਰੀ ਚਲੋ ਉਹਨਾਂ ਦਾ ਵੀ ਧੰਨਵਾਦ ਮੈਂ ਨਹੀਂ ਹਸਣ ਲੜਾਂ ਕਿਸੇ ਦਾ ਮੈਂ ਨਾਲ ਦੇ ਨਾਲ ਥੈਂਕ ਯੂ ਕਰਕੇ ਤੋਰ ਦੇ ਨਾ ਮੈਂ ਨਹੀਂ ਹਸਣ ਲੈਣਾ ਕਿਸੇ ਦਾ ਮੈਂ ਬਸ ਥੈਂਕ ਯੂ ਕਰਤਾ ਮੈਂ ਠੀਕ ਹੈ ਹਾਂ ਜੀ ਚਲੋ ਹੁਣ ਮੈਂ ਨਹੀਂ ਚੱਲਦਾ ਮੈਂ ਚਾਹ ਲੈ ਜਾਂਦੇ ਉੱਥੇ ਅਸੀਂ ਜਾ ਰਹੇ ਪਲਾਟ ਚ ਚਾਹ ਲੈ ਕੇ ਤੇ ਜਾਂਦੇ ਚਲੋ ਪਕੌੜੇ ਲੈ ਜਾਂਦੇ ਅੱਜ ਹੈਗਾ ਦੁਸ਼ਹਿਰਾ ਕਿ ਅੱਛਾ ਵੀਰ ਕੱਢ ਰਿਹਾ ਜਲੇਬੀਆਂ ਤੂੰ ਇਹ ਮੈਂ ਕਹਿੰਦੇ ਨਾ ਆਉਂਦੇ ਲੇਟ ਹੀ ਆ ਚਲ ਮੈਂ ਤੈਨੂੰ ਕੱਲ ਵੀ ਦੱਸਿਆ ਕਿ ਡੈਡੀ ਹੁਣ ਆ ਜਾਂਦੇ ਟਾਈਮ ਨਾਲ ਹੀ ਹੂੰ ਮੇਰਾ ਕੰਮ ਪਹੁੰਚ ਗਿਆ ਭਾਈ 플랏 플랏 ਵਲੌਗ ਕੰਮ ਕੰਮੇ ਦੇਖਣ ਜਾਣਾ ਪੈਂਦਾ ਤੇ ਉਹਦੇ ਚੱਕਰ ਦੇ ਵਿੱਚ ਅੱਛਾ ਨੀਰ ਸ਼ਿਫਟ ਹੋਈ ਜਾਂਦਾ ਹੂੰ ਤੇ ਵੀਰਾਂ ਨੇ ਖਿੱਚਦਾ ਕੰਮ ਸਾਬ ਨਹੀਂ ਲੈ ਕੇ ਜਿਹੜਾ ਥੰਬਨੇ ਲਾਇਆ ਕਿਸੇ ਨੂੰ ਬੋਲਣ ਵਾਲੀ ਖੱਚਾਂ ਨੂੰ ਰਿਪਲਾਈ ਜੀ ਉਹਦੇ ਚ ਕਿਰਨ ਦੀਦੀ ਖੜੀ ਹੁੰਦੀ ਨੇ ਥੰਬਨੈਲ ਚ ਉਹ ਵੀ ਐ ਕਰਕੇ ਖੜੀ ਹੁੰਦੀ ਤੇ ਫਿਰ ਤੇਰੇ ਵੀਊ ਆਏ ਨੇ ਸੀ 50000 ਟੱਪੇ ਨਾਲ ਸੀ ਉਹਨੂੰ ਤਾਂ ਹੂੰ ਕਿੱਥੇ ਇੱਕ ਦਿਨ ਚ 18 ਨਹੀਂ ਆਇਆ ਪੈਂਦਾ ਫਰਕ ਪਹੁੰਚੇ ਆਪਾਂ ਨਾਲ ਪਕੌੜੇ ਅੱਛਾ ਨਹੀਂ ਫਿਰ ਚਲੋ ਅੱਜ ਦੁਸ਼ਹਿਰਾ ਵਾਲੇ ਹੂੰ ਬੰਦੇ ਖਾਪੀ ਲੈਣਗੇ ਹੂੰ ਬੱਲ ਦੀਦੀ ਨਹੀਂ ਆਗੇ ਦੀਦੀ ਵਲੌਗ ਸਦੀ ਤੁੱਪ ਪਿਆਰੀ ਹੈ ਹੂੰ ਮੇਨ ਇਧਰ ਆਣ ਕੇ ਬਿਸਤਰਾ ਨਹੀਂ ਬੰਦੇ ਆਹ ਸਾਰਾ ਕਮਰਾ ਆਹ ਫਿਲਹਾਲ ਕਮਰਾ ਆ ਹੂੰ ਆ ਕਮਰਾ ਇਤੋਂ ਨਹੀਂ ਤੱਕ ਆ ਨਹੀਂ ਪਈ ਨਾ ਇਧਰ ਬਾਸੂ ਰੁਕ ਤੇ ਆਹ ਕਮਰਾ ਇੱਥੇ ਕੰਨ ਕਰੀਂ ਇੱਥੇ ਕੰਨ ਫਿਲਹਾਲ ਨਹੀਂ ਕਰਨੀ ਬਾਅਦ ਚ ਕਰ ਲਾਂਗੇ ਅਜੇ ਫਿਲਹਾਲ ਅਜੇ ਸਾਰਾ ਐਡਾ ਰਹਿਣ ਦੇਣਾ ਹੂੰ ਇੱਕ ਉਹ ਨਹੀਂ ਹੋਰ ਸੋਈਦੀ ਤੇ ਆ ਗੇਟ ਦਾ ਦਰਵਾਜਾ ਇੱਕ ਮੇਨ ਮੇਨ ਨੀਗਾ ਅੱਛਾ ਇੱਥੇ ਵਿਖੰਡ ਕਰਾਂਗੇ ਆ ਉਹ ਇੱਥੇ ਹੋਣੀ ਇਹਨੇ ਕੰਦ ਆ ਹੁਣ ਹੋਣੀ ਆ ਕਿ ਇੱਥੇ ਤੇ ਇੰਨੀ ਹੂੰ ਇਹ ਸਾਰੀ ਹੋਣੀ ਆ ਸਾਰੀ ਕਰਕੇ ਵਿੱਚ ਦਰਵਾਜਾ ਛੱਡ ਦਾਂਗੇ ਇੱਕ ਆ ਦਰਵਾਜਾ ਤੇ ਵੀਰਾਂ ਨਾਲ ਆ ਜਾ ਵੀ ਦਵਾਰ ਕਰਤੀ ਆ ਅੱਛਾ ਚਲੋ ਤੇ ਉਹ ਵੀ ਕਰਤੀ ਆ ਹੂੰ ਫੇਰ ਸੋਈ ਤਿਆਰ ਹੋ ਰਹੀ ਠੀਕ ਹੈ ਤੇ ਇਹ ਫਿਲਹਾਲ ਦੇ ਦਾਂਗੇ ਉਹਨੂੰ ਕੱਚਾ ਦਵਾਂਗੇ ਕੀ ਦਰਵਾਜ਼ਾ ਅੱਛਾ ਤਾਂ ਕੀ ਕਰੀਏ ਲੋਥੀ ਨਹੀਂ ਮਾ ਪਤਾ ਕੀ ਮਿਲਾ ਲਾ ਫਿਰ ਉੱਪਰ ਆਂਦੇ ਨਾਲ ਹਾਂ ਆ ਮੈਂ ਇਹਨੇ గేਟਵਾ ਇੱਥੋਂ 10 ਫੁੱਟ ਦਾ ਅੱਛਾ ਤੇ ਬਾਕੀ ਆ ਲਾਲ ਦੀਵਾਰ ਇਧਰੋਂ ਹੋ ਜਾਣੀ ਇਹਦੀ ਹੂੰ ਤੇ ਆ ਰੈਂਗ ਰੂਮ ਇਦਾਂ ਦੱਸਿਆ ਤੁਹਾਨੂੰ ਕੱਲ ਵੀ ਹੂੰ ਇਹ ਲਾਪਾ ਇੰਨਾ ਹੀ ਛਤਣਾ ਇੰਨੇ ਹੀ ਦੋ ਕਮਰੇ ਪਾਉਣੇ ਨੇ ਅੱਛਾ ਤੇ ਬਾਕੀ ਲਾ ਸਬਜੀ ਸਮਝੀ ਲਾ ਦਾਂਗੇ ਦੇ ਤੇ ਖੁੱਲਾ ਰੱਖਣਾ ਬਾਕੀ ਅੱਛਾ ਜੀ ਬਾਲਾ ਖੁੱਲੋਂ ਰੱਖੀ ਦੀਪਕ ਗੱਡੀ ਲਾ ਜਾ ਗਰੂ ਆਪਦੀ ਅੱਛਾ ਸਬਜੀ ਲਾਉਣੀ ਆ ਠੀਕ ਆ ਕਰਦੇ ਕੱਦੂ ਕਰੇਲੇ ਖਾਇਆ ਕਰਾਂਗੇ ਠੀਕ ਆ ਠੀਕ ਆ ਨਾ ਛੱਡਾਂਗੇ ਮਾਹੌਲ ਇੱਕ ਨੰਬਰ ਆ ਹਾਂ ਲਾ ਲਾ ਜੈਨੂੰ ਬਲਗਣ ਹੀ ਕਰਨੀ ਆ ਆਪਾਂ ਇਹਦੀ ਭਰਾਵਾ ਛਿੱਕਾਂ ਲੱਗੀਆਂ ਪਈਆਂ ਕੰਮ ਔਖਾ ਆ ਪੈਣਾ ਚਲੋ ਜੈਨੂੰ ਕਵਰ ਅਪ ਕਰ ਲਈਏ ਉਸ ਹਾਮਨਾ ਫਿਰ ਬਾਅਦ ਚ ਕਵਰੀ ਵਾਲੀ ਜਵੇਂ ਜਵੇਂ ਹੂੰ ਰੈਸਮੈਂਟ ਕਰੀ ਜਾਵਾਂਗੇ ਫਿਰ ਹੁੰਦਾ ਜਾਏਗਾ ਹੌਲੀ ਹੌਲੀ ਨਹੀਂ ਸਹੀ ਗੱਲ ਕਰ ਤਾਂ ਹੌਲੀ ਹੌਲੀ ਬੰਦ ਦੇਣਾ ਹਾਂ ਆ ਛੱਟਦੀ 3 ਫੁੱਟ ਦੀ ਬਾਰੀ ਇਹਦੇ ਵਿੱਚ ਅੱਛਾ ਇੱਥੇ ਆਪਾਂ ਕਰ ਦਾਂਗੇ ਇਹਨੂੰ ਜਿਵੇਂ ਫਿਕਸ ਇੱਥੇ ਵਿੰਡੋ ਆਪਾਂ ਲਾਵਾਂਗੇ ਆਪਣੇ ਤਰੀਕੇ ਨਾਲ ਬਣਾਾਂਗੇ ਇਹ ਵੀ ਸਸਤਾ ਸੌਰਵਜਸ਼ੀ ਬਣਿਆ ਹੋਇਆ ਹੈ ਨਾ ਉਹ ਵੀ ਆਪਦੇ ਘਰ-ਦਰ ਵੀ ਦਿੰਦਾ ਵੀ ਦਿੰਦਾ ਕਿਸੇ ਨੇ ਘਰ ਖੜਾ ਕਰਨਾ ਆ ਬਾਥਰੂਮ ਨੂੰ ਤਾਂ ਛੱਡੀ ਐ আর ਰਸੋਈ ਐ ਆ ਕਮਰਾ ਠੀਕ ਆ ਮਤਲਬ ਵਲੌਗ ਠੀਕ ਆ ਵਧੀਆ ਕੋਈ ਗੱਲ ਨਹੀਂ ਅ ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਜ਼ਿੰਦਗੀ ਚ ਪਰਸਨਲ ਕੁਝ ਹੈਨਿੰਗ ਫਿਰ ਜੇ ਤੁਹਾਨੂੰ ਕੋਈ ਬੋਲ ਦਿੰਦਾ ਤੁਸੀਂ ਆਖਦੇ ਹੋ ਸਾਡੀ ਸਾਡੀ ਵੀ ਪਰਸਨਲ ਲਾਈਫ ਐ ਕਿਹੜੀ ਪਰਸਨਲ ਲਾਈਫ ਐ ਕਿ ਹੋਰ ਵੀ ਚਾਰ ਕਿਸੇ ਪਾਸੇ ਪਲਾਟ ਪਏ ਉੱਥੇ ਵੀ ਕੋਠੀਆਂ ਬਣੀਆਂ ਜਾਂਦੀਆਂ ਕੁਝ ਹੈ ਤਾਂ ਹੈ ਨਹੀਂ ਪਰਸਨਲ ਜਿਹੜਾ ਤੁਸੀਂ ਲੋਕਾਂ ਤੋਂ ਲੁਕੋ ਕੇ ਰੱਖਿਆ ਹੋਵੇ ਕਿ ਤੇ ਕੋ ਮੰਜਾਣਾ ਤਾਂ ਵਲੌਗ ਗੱਦੇ ਤੇ ਚਾੜ ਡੁੱਲਗੀ ਤਾਂ ਵਲੌਗ ਗਾਇਜ਼ ਇੱਥੇ ਨਹੀਂ ਰਹਿਣਾ ਉੱਥੇ ਰਹਿਣਾ ਤਾਂ ਵਲੌਗ ਕਈ ਲੋਹੀਆਂ ਲਾਦਨੇ ਕੇ ਲੱਕੜ ਜੀ ਲਾਦਦੇ ਆਂ ਇਹ ਆਪਣੇ ਹਿਸਾਬ ਨਾਲ ਬਲਾਈ ਬੋਰਡ ਦੀਆਂ ਤਿਆਰ ਕਰਾਂਗੇ ਉਹਨੂੰ ਵਧੀਆ ਸਿੱਖਾ ਸੁੱਖਾ ਪਾ ਕੇ ਨਾ ਸਟੀਲ ਦੀਆਂ ਵਿੱਚ ਹੂੰ ਤੇ ਇਧਰ ਨੂੰ ਇਧਰੋਂ ਪੋੜੀ ਚੜਾਂਗੇ ਇੱਥੋਂ ਇਹਦੇ ਸੰਤੋ ਇਧਰ ਐਸ ਸਰੋਂ ਘਮਾਦਾਂਗੇ ਇਧਰ ਨੂੰ ਇਧਰੋਂ ਜਾਏਗੀ ਤੇ ਬਾਕੀ ਸਬਜ਼ੀਆਂ ਉੱਤੋਂ ਹੀ ਜਾਊਗੀ ਪੋੜੀ ਵਿੱਚ ਮੈਂ ਹੁੰਦਾ ਜਾਏਗਾ ਤੇ ਉਹਦੇ ਉੱਤੇ ਹੁੰਦੇ ਜਾਵਾਂਗੇ ਚਲੋ ਆਦਰ ਗੋਵੀ ਲਾਤੀ ਆ ਮਾਮਾ ਜੀ ਨੇ ਇਹਨੇ ਵੀ ਮੀਂਹ ਬੰਦ ਹੈ ਜੇ ਫਿਲਹਾਲ ਹੂੰ ਹਰ ਸੋਜੇ ਇਧਰ ਸਲੈਪ ਅਹੀਂ ਨਹੀਂ ਜੇ ਪਾਣੀ ਫਿਲਹਾਲ ਇਹ ਵੀ ਮ ਬਾਤੋਂ ਖੜੇ ਕਰੀਂ ਦੇ ਨਾਲੇ ਪਹਿਲਾਂ ਕਰਦੇ ਹੁੰਦੇ ਨੇ ਚੰਗ ਬਣਾ ਕੇ ਰੱਖ ਦੇਣੀ ਚੱਲ ਜਾਂਦਾ ਹੂੰ ਤੇ ਸਲੈਬ ਆ ਚਾਹੀਦਾ ਅੱਛਾ ਹਜੇ ਕੰਦਾ ਖੜੀ ਹੋਈ ਜਾਂਦੀਆਂ ਪਰ ਇਹਨੇ ਤਾਂ ਅਲਮਾਰੀਆਂ ਚ ਕੱਪੜੇ ਵੀ ਧੱਕ ਲੇ ਇਹਨੇ ਤਾਂ ਪੂਰੀਆਂ ਥੋਲੇ ਖਾ ਵੀ ਲੇ ਬਣਾ ਕੇ ਇੱਥੇ ਸਲੈਪ ਪੈ ਗਈ ਹੈ ਇੱਥੇ ਫਰਿੱਜ ਆ ਜਾਊਗੀ ਇੱਥੇ ਗੈਸ ਆ ਗਿਆ ਕਿ ਮੈਂ ਗੈਸ ਨਾਲ ਚੱਲ ਪੂਰੀਆਂ ਬਣਾਈਏ ਹੂੰ ਉਹ ਭਰਾਵਾ ਅੱਗੇ ਵੀ ਦੱਸੀ ਸੀ ਆ ਵਿੰਡੋ ਸ਼ਟ ਤੀ ਤਿੰਨ ਫੁੱਟ ਦਾ ਇਹ ਵੀ ਵੇਖ ਲਈ ਆ ਵੀ ਦਵਾਰ ਹੋਣੀ ਹੈ ਜੇ ਹਾਂ ਉਹ ਭਰਾ ਗੋਦ ਨਾ ਬੱਜਦੀ ਜਾਗ ਕਰ ਦਿੰਦੇ ਦਵਾਰ ਤੇ ਭਰਾ ਗੋਦ ਇਹ ਦੱਸਣਗੇ ਕਿਹੜੀ ਕਰਨ ਚਾ ਲੋ ਦੀਪਾ ਆ ਗਿਆ ਹੁਣ ਵੇਖੀ ਤੇ ਫੜਕੀਵੇਂ ਦੀ ਦੀਪਾ ਆ ਗਿਆ ਹਾਂ ਵਿਆਹ ਤੋਂ ਅੱਛਾ ਇਹ ਗੱਡੀ ਲਾਤੀ ਇੱਧਰ ਹੋਰ ਵੇਖਾਂ ਵਿਆ ਬਿਆਨ ਹੀ ਚੱਲ ਅੱਛਾ ਜਿਹੜਾ 5700 ਦੇ ਆਏ ਤੇ ਵਲੌਗ ਵੀ ਬਣਾ ਕੇ ਆਏ ਵੀ ਆਖਣਾ ਕੋਣ ਦੇ ਮੰਜੀ ਚੀ 5700 ਦੇ ਕੇ 5000 ਦਾ ਵਲੌਗ ਬਣਾਇਆ ਉੱਥੇ ਸੱਚਾ ਹੋ ਗਿਆ ਸਮਝਿਆ ਚਲੋ ਅੱਛਾ ਹੋਣਾ ਹੀ ਆ ਜਦੋਂ ਬੰਦਾ ਕਿਤੇ ਜਾਂਦਾ ਹੂੰ ਪਾਂਚ ਦੇ ਬਾਹਰ ਦਾ ਹਾਂ ਬਹੁਤ ਵਧੀਆ ਵੀ ਚਾਹੇ ਪਰ ਹੁਣ ਸਾਡੇ ਇੰਡੀਆ ਚ ਆ ਗਏ ਅੰਦਰ ਦਾ ਹੋ ਗਾ ਇਹ ਬਾਦ ਨਾ ਨਹੀਂ ਤੇ ਵਾਸਤੇ ਲਾਣਾ ਕਿਧੀਆਂ ਜਾ ਰਹੇ ਨਹੀਂ ਵਧੀਆ ਚੀਜ਼ ਹੈ ਹਮ ਤੇ ਤਿੰਨ ਮਨ ਅਸਲ ਲੋਕਾਂ ਨੂੰ ਜੀ ਚਲੋ ਦੇਖਿਆ ਗਿਆ ਉਹ ਲੈ ਉਹਦਾ ਵਲੌਗ ਤਾਂ ਪਾਉਂਦੇ ਪਾਉਂਦੇ ਇਹ ਵੀ ਪਾਈ ਜਾਂਦਾ ਇਹਦਾ ਚਾਹ ਲੋ ਵੀਊ ਦਾ ਕੰਮ ਹੀ ਆ ਵੀ ਹਮ ਬਸ ਖੱਤਾਂ ਨੂੰ ਰਿਪਲਾਈ ਹੋ ਗਿਆ ਕਿ ਦੀਪਾ ਵੀ ਕਰੂਗਾ ਕੋਈ ਹਮ ਆਓ ਆਓ ਸਰੀਆ ਲਿਆ ਕੇ ਰੱਖਿਆ ਹੈ ਹੁਣ ਲੱਗੇ ਆਪਾਂ ਵੱਢਣ ਹੂੰ ਤੇ ਟੋਟੇ ਕਰਾਂਗੇ ਛੋਟੇ ਛੋਟੇ ਜਿੱਦਾਂ ਭਾਈ ਜونی ਕਹਣਗੇ ਅੱਛਾ ਆ ਗਏ ਸਭ ਚਲੋ ਸਰੀਆ ਟਾਈਮ ਗਾਇਜ਼ ਗਾਇਜ਼ ਸਰੀਆ ਵਲੌਗ ਗਾਇਜ਼ ਕਰ ਲੋ ਮਿਹਨਤ ਦਾ ਘਰ ਬੜੀ ਨੇ ਮਿਹਨਤ ਕਰਦੇ ਸਾਰੇ ਵਲੌਗ ਪਾਉਂਦੇ ਆ ਮਤਲਬ ਸਾਰੇ ਵਲੌਗ ਨਹੀਂ ਪਾਉਂਦੇ ਮਿਹਨਤ ਕਰਕੇ ਸਾਰੇ ਘਰ ਬਣਾਉਂਦੇ ਆ ਪਰ ਇਹ ਕਮਾਉਣ ਮੈਂ ਯਾਰ ਸਮਝਾਉਣਾ ਔਖਾ ਹੈ ਸਮਝਣ ਵਾਲੇ ਵੀ ਨਹੀਂਗੇ ਹੂੰ ਫਿਰ ਕਹਿਣਗੇ ਸਾਡਾ ਘਰ ਬਣਿਆ ਦਾ ਸੀ ਅਸੀਂ ਕੁਝ ਵਲੌਗ ਪਾਤਾ ਤਾਂ ਗਲਤ ਕਰਤਾ ਕੁਝ ਕੀ ਗਲਤ ਸੀ ਉਹਦੇ ਚ ਅਸੀਂ ਕਿਸੇ ਨੂੰ ਬੋਲੇ ਆ ਅਸੀਂ ਕਿਸੇ ਨੂੰ ਕੁਛ ਆਖਿਆ ਚਲੋ ਲਿਆ ਦੇ ਢੀੜਾ ਹੂੰ ਵੱਡੋਂ ਪੜਾਣਾ ਤੇ ਇੱਕ ਸੀਕ ਚ ਵੱਢ ਲੈਨੇ ਕਿ ਅੱਛਾ ਦੋ ਵੱਡੇ ਨੇ ਚਾਰ ਹੋ ਗਏ ਲਓ ਜੀ ਚੱਲੇ ਆਪਾਂ ਘਰ ਹੂੰ ਵਾਪਸੀ ਸਾਡੀ ਕੱਲ੍ਹ ਜਾਣ ਦੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਜੀਂਦੇ ਮਾਣ ਦੇ ਰਹੇ ਹਨ ਹੂੰ ਜਿਹੜਾ ਨੂੰ ਸਪੋਰਟ ਕਰਦੇ ਨੇ ਹੂੰ ਉਹਨਾਂ ਦਾ ਦਿਲੋਂ ਧੰਨਵਾਦ ਹਾਂ ਜਿਵੇਂ ਕੋਈਾਨੂੰ ਮਾੜਾ ਚੰਗਾ ਫਿਰ ਕਟ ਤੇ ਉਹਦੇ ਵਾਸਤੇ ਵਾਕੇ ਜੇ ਉਹਨੂੰ ਆਪਾਂ ਨਹੀਂ ਚੰਗੇ ਲੱਗਦੇ ਤੇ ਉਹ ਸਾਡਾ ਵਲੌਗ ਛੱਡ ਵੀ ਸਕਦਾ ਜਿਵੇਂ ਕੋਈ ਬੰਦਾ ਆਪਣੇ ਭਾਈ ਜੀ ਜੇ ਕਿਸੇ ਨੂੰ ਨਹੀਂ ਹੁਣ ਮੈਂ ਕਹਦਾ ਤੁਹਾਡਾ ਵਲੌਗ ਨਹੀਂ ਵੇਖਿਆ ਇੱਕ ਅੱਧੀ ਘੜੀ ਭਾਵੇਂ ਵੇਖਿਆ ਹੋਵੇ ਪਿੱਛੇ ਪੁੱਛੇ ਜੇ ਮਰਮੰਚੀਕ ਸ਼ਾਇਦ ਪਤਾ ਨਹੀਂ ਮੈਂ ਤਾਂ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਵਸਤਾ ਨਹੀਂ ਚੰਗੇ ਲੱਗਦੇ ਨਾ ਕਰੋ ਰਿਪਲਾਈ ਯਾਰ ਤੁਹਾਨੂੰ ਕੀ ਲੋੜ ਪਈ ਹੈ ਗਲ ਸਿਆਪਾ ਵੀ ਪਾ ਲਿਆ ਤੇ ਨਹੀਂ ਨਹੀਂ ਸੌਰੀ ਹੈ ਮੇਰੇ ਵੱਲ ਜੇ ਮੈਂ ਗਲਤ ਬੋਲਿਆ ਤਾਂ ਹਨਾ ਬਾਕੀ ਸਾਡਾ ਇਹ ਵਾਗੇ ਅਸੀਂ ਕਿਸੇ ਨੂੰ ਮਾਰਨਾ ਤੁਹਾਨੂੰ ਬਤਾਇਆ ਜਿੱਦਾਂ ਖਾਡੇ ਵਲੌਗ ਜਿਵੇਂ ਜਿੱਦਾਂ ਹਟਕ ਬੋਲਿਆ ਜਾਂਦਾ ਸੀ ਉਦਾਂ ਬੋਲਦੇ ਆਏ ਹੋ ਭਰਾਵਾ ਤੇ ਬਾਕੀ ਸਾਡੇ ਵਲੌਗ ਇਦਾਂ ਹੀ ਜਿੱਦਾਂ ਆਇਆ ਇਸ ਤੇ ਇਦਾਂ ਮਾੜੇ-ਮੋਟੇ ਬਣਾਉਂਦੇ ਰਹਿਣਾ ਹਨਾ ਮਿਹਨਤ ਨਾਲ ਹਰ ਇੱਕ ਚੀਜ਼ ਮਿਹਨਤ ਨਾਲ ਹੀ ਬਣਦੀ ਹੈ ਕਈਆਂ ਗੱਲਾਂ ਹੁੰਦੀਆਂ ਕਿ ਇਹਦੇ ਨਹੀਂ ਹੁੰਦੀਆਂ ਤੇ ਬਾਕੀ ਇਹ ਵਗੇ ਕੋਈ ਵੀ ਬੰਦਾ ਹਨਾ ਕਿਸੇ ਨੂੰ ਵੀ ਗੱਲ ਕਰਨ ਤੋਂ ਪਹਿਲਾਂ ਜੇ ਕਹਿੰਨੇ ਉੱਠਣਾ ਵੰਦੇ ਆਪਣੇ ਦਮ ਤੇ ਉੱਠੇ ਠੀਕਾ ਕੇ ਦਾ ਨਾਮ ਲੈ ਕੇ ਨ ਤੈਨੂੰ ਤੂੰ ਕੀ ਚਾਹਣਾ ਮੈਂ ਤੇਰੇ ਨਾਲ ਲੈ ਕੇ ਉੱਠਦਾ ਫਿਰਦਾ ਜੇ ਅਸੀਂ ਕਿਸੇ ਦਾ ਰੋਸਟ ਕਰਦੇ ਆ ਕੋਈ ਰਮਾਂਚਿਕ ਪ੍ਰੋਗਰਾਮ ਕਰਦੇ ਆ ਤਾਂ ਲੋਕ ਰੋਸਟ ਜਾਂ ਪੰਚਾਂ ਤੇ ਹੱਸਦੇ ਆ ਤੇ ਤੁਹਾਡੇ ਲੱਛਣਾਂ ਤੇ ਥੋੜੀਆਂ ਹੱਸਦੇ ਹੋਣੀਆਂ ਕੋਮਨ ਸੈਂਸ ਆ ਯਾਰ ਇਹ ਤਾਂ ਕੋਈ ਉਹ ਤੁੱਕ ਵਾਲੀ ਗੱਲ ਨਹੀਂ ਗਈ ਹਰੇਕ ਬੰਦਾ ਕਿਸੇ ਸਿਰ ਤੇ ਚੱਲਦਾ ਜੇ ਤੁਹਾਡੀ ਦੁਕਾਨਦਾਰੀ ਹੈ ਜੇ ਤੁਹਾਡਾ ਕੰਮ ਹੈ ਜਿਹੜਾ ਤੂੰ ਕਰਦਾ ਉਹ ਵੀ ਕਿਸੇ ਸਿਰ ਤੇ ਆ ਕੋਈ ਤੁਹਾਨੂੰ ਬੁਲਾਊਗਾ ਤੁਸੀਂ ਤਾਂ ਜਾਓਗੇ ਐ ਥੋੜੀ ਚੱਲਣਗੇ ਉਹ ਤੁਹਾਡੀਆਂ ਇਕੱਠਾ ਕਰਾਵ ਲਾਉ ਵੈ ਇਹਨਾਂ ਨੂੰ ਪਟੋ ਦੁਬਾਰਾ ਨਵੀਆਂ ਬਣਾਉਣਾ ਆਏ ਅਸੀਂ ਹਰੇਕ ਬੰਦੇ ਦਾ ਕੰਮ ਕਿਸੇ ਸਿਰ ਤੇ ਐ ਕੋਈ ਕਿਸੇ ਦੁਕਾਨਦਾਰੀ ਉਹ ਡੀਕ ਦਾ ਗਾਕਾਂ ਸਿਰ ਤੇ ਐ ਵੀ ਕਦੋਂ ਆਉਣਗੇ ਤੇ ਮੇਰਾ ਕੰਮ ਤੁਰੂਗਾ ਮੇਰੇ ਕੋਲ ਸਮਾਨ ਲੈ ਕੇ ਜਾਣਗੇ ਖੰਡ ਲੈ ਜਾਣਗੇ ਦਵਾਈਆਂ ਪੱਤੇ ਆ ਕੋਈ ਵੀ ਕੰਮ ਹੋ ਗਿਆ ਗੋਲ ਗੱਪੇ ਵਾਲਾ ਵੀ ਲੋਕਾਂ ਸਿਰ ਤੇ ਐ ਵੀ ਕੋਈ ਗੋਲ ਗੱਪੇ ਖਾਣ ਆਊਗਾ ਅੱਜ ਸਾਲਾ ਕਿਸੇ ਦਾ ਜੀ ਕਰੂਗਾ ਹਰੇਕ ਬੰਦੇ ਕਿਸੇ ਤੇ ਡਿਪੈਂਡਡ ਐ ਇਹ ਕਿਲਾ ਤੁਸੀਂ ਲੋਕਾਂ ਸਿਰ ਤੇ ਵੀਊ ਖਾਈ ਜਾਂਦੇ ਹੋ ਉਹ ਭਰਾਵਾ ਤੁਸੀਂ ਐ ਕਰੋ ਕੱਲੇ ਵਲੌਗ ਪਾਉਣੇ ਸ਼ੁਰੂ ਕਰੋ ਫ ਗਲਤੀ ਤੇ ਕੋਈ ਮੰਨਦੇ ਕਿਸੇ ਵਲੋਗਰ ਨੇ ਆਖਿਆ ਸੀ ਗੰਦ ਪਾਉਣੇ ਜਾਂ ਗਲਤੀ ਕਰਦੇ ਅਸੀਂ ਜਨਾਨੀ ਜਿਵੇਂ ਖੋਣੇ ਨਹੀਂ ਜੀ ਲੈ ਸਾਡੀਆਂ ਘਰ ਵਾਲੀਆਂ ਆਣ ਗਈਆਂ ਤੁਸੀਂ ਕਿਹੜਾ ਵਲੋਗਾਂ ਚ ਤੁਸੀਂ ਵਿਖਾਓ ਆਪਦੀਆਂ ਓਏ ਅਸੀਂ ਕਮਲੇ ਆ ਸਾਨੂੰ ਆ ਹੀ ਰੱਬ ਨੇ ਰੋਟੀ ਲੈ ਖੱਕੀ ਸਹੀ ਰਿਪਲਾਈ ਹੈ ਜੀ ਪਤਾ ਨਹੀਂ ਕਿਹੜਾ ਰਿਪਲਾਈ ਸੀਗਾ ਮੈਂ ਤਾਂ ਕੋਈ ਦੱਸਿਆ ਨਹੀਂ ਵਿੱਚ ਹੂੰ ਚਲੋ ਮੇਰੇ ਵੱਲੋਂ ਵੀ ਮਾਫੀ ਹੈ ਜੇ ਮੈਂ ਕੋਈ ਗਲਤ ਬੋਲ ਲਿਆ ਹੋਗਾ ਤਾਂ ਇਹਦੇ ਉੰਗੋ ਚੱਲ ਪੋ ਆਹ ਕਰੋੜ ਨਹੀਂ ਲੈਣੇ ਮੈਂ ਭਾਈ ਚੰਗਾ ਭਾਈ ਓਕੇ ਜੀ ਫਿਰ ਗੱਲਬਾਤ ਰొਮਾਂਟਿਕ ਪ੍ਰੋਗਰਾਮ ਦੇ ਵਿੱਚ ਜਮਈ ਬੋਰ ਕਰਤਾ ਇਹਨੇ ਤਾਂ ਹੂੰ ਰਿਪਲਾਈ ਕਰਨ ਦੇ ਚੱਕਰਾਂ ਚ ਕੰਦ ਵਿਖਾ ਕੇ 3 ਫੁੱਟ ਦੀ ਬਾਰੀ ਦੇ ਨਾਲ ਸਰੀਆ ਵੜਦਾ ਵਿੱਚੇ ਇਹ ਤਾਂ ਲੋਕ ਵਟਨਾਂ ਨੇ ਸਰੀਆ ਵੜਦਾ ਚਲੋ ਭਾਈ ਜੀ ਸਾਰੇ ਕਿਸੇ ਤੇ ਡਿਪੈਂਡ ਹੈ ਹਰੇਕ ਦਾ ਜੀ ਕਰਦਾ ਵੀਡੀਓ ਪਾਉਨ ਨੂੰ ਉਹਨੂੰ ਜੇ ਤੁਹਾਨੂੰ ਕੋਈ ਮਾੜਾ ਬੋਲਦਾ ਤੁਹਾਨੂੰ ਤਾਂ ਮੰਦਾ ਲੱਗਦਾ ਤੁਸੀਂ ਉਹਨੂੰ ਇਗਨੋਰ ਕਰ ਦਿਓ ਜੇ ਤੁਸੀਂ ਉਹਨੂੰ ਆਪ ਰਿਪਲਾਈ ਕਰਦੇ ਹੋ ਬੜਾ ਵਧਦੇ ਨੇ ਉਹ ਅੱਗੋਂ ਤਾਂ ਮੁੱਕ ਚ ਬੈਠ ਹੁੰਦਾ ਆ ਆ ਗਿਆ ਰਿਪਲਾਈ ਮੈਂ ਕਰਦਾ ਗੱਲ ਇਹਦੇ ਨਾਲ ਹਣਾ ਸੋ ਧਿਆਨ ਰੱਖਿਆ ਕਰੋ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ ਜਿਹੜੀ ਕਰੀ ਜਾਂਦੇ ਸੋ ਓਕੇ ਜੀ ਬਾਅਦ ਵਿੱਚ ਮਿਲਦੇ ਫਿਰ ਗੱਲਬਾਤ ਤੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ থামਬਨਲ ਵੇਖਿਆ ਕਰੋ ਆਪਦੇ ਤੁਸੀਂ ਨਹੀਂ ਖੜੇ ਹੁੰਦੇ ਤੁਹਾਡੇ ਘਰ ਦੇ ਖੜੇ ਹੁੰਦੇ ਸਾਰੇ ਦੀਪੇ ਦੇ ਵੇਖ ਲਈ ਚਾਹੇ ਆਪਦੇ ਵੇਖ ਲਈ ਗਲੀਆਂ ਦੀ ਨੌਲੇਜ ਬਥੇਰੀ ਜੱਟ ਨੂੰ ਨਹੀਂ ਹਲੇ ਲਿਖਦਾ ਨਹੀਂ ਗਾਣੇ ਮੈਂ